सो प्रोग्राम समाधान दे विच तुहाडा मुड़ तों स्वागत है जी। जिहड़े ओनर ऑपरेटर ते ड्राइवर लोंग हॉल नहीं जाना चाहुंदे ते लोकल काम करना चाहुंदे तां सैटल दी वाशिंगटन फ्रेट सर्विसिज लोकल जॉब दे रही है जी। पंजाबी ते इंग्लिश डिस्पैच करदे ने गुरविंदर सिंह धालीवाल होरां नाल 2063544060 ते जगदेव संधू होरां नाल 2532669624 ते कॉल कर सकदे हो। अकाल ट्रक एंड ट्रेलर जो 82 रेनम ड्राइव फार्मर्स रोड विनीपैग ते है, इत्थे तुहानू वाश क्विक ट्रक लीव दे नाल खुली पार्किंग, DOT सेफ्टी, विंड स्क्रीन चेंज, इंजन रीबिल्ट ते कहन तो भाव सैमी ते ट्रेलर दा सारा काम करके दिता जांदा है। बलदेव सिंह पनेसर होर 2044592000 ते संपर्क कर सकदे हो। सरदार बख्तौर सिंह ढिल्लोंहरी जुड़ गए ने। ढिल्लो साहब सत श्री अकाल। सत श्री अकाल जी। ढिल्लो साहब, सब तो पहला मैं गल ऐसी, मैं तो शविंदर जी ने भी गल छेड़ी सी, इनू थोड़ा जिहा अगे विस्तार नाल लैके चलीए। असी तो यह आख्या सीगा कि मैं इस तरह सोच रहे सीगे कि पंजाब दी जिहड़ी मंत्रियां दी वंड होणी आ, मंत्री बनने ने उहदे विच जाखड़ सुनील जाखड़ दा रोल हो सकदा है, ये की कहानी है असल दे विच, विस्तार नाल दसो कि राहुल ते प्रियंका असल दे विच इहनू क्यों दिल्ली लैके गए ने। देखो गल ये है कि जाखड़ नाराज चल रहे अज कल कांग्रेस पार्टी की हाई कमांड जी, उहदे कारण तीन है। पहला कारण तो यह कि जाखड़ नूं यह कह गया कि तैनू असीं मुख्यमंत्री बना रहे हां। फिर यह गल आ गई जदों मुख्यमंत्री बनाउण दी गल आ गई तो कहिंदा जी कोई गल नहीं बहुत वधिया है। ਉਹਦੇ ਸੱਜਣ ਮਿੱਤਰ ਇੱਥੇ ਆਏ, ਉਹਨਾਂ ਸੱਜਣਾ ਮਿੱਤਰਾਂ ਨੇ ਆ ਕੇ ਉਹਨੂੰ ਗੁਲਦਸਤੇ ਭੇਟ ਕੀਤੇ। ਕਈ ਥਾਵਾਂ ਦੇ ਉੱਤੇ ਉਹਨਾਂ ਨੇ ਲੱਡੂ ਵੀ ਵੰਡੇ ਤੇ ਮਠਿਆਈਆਂ ਵੀ ਵੰਡੀਆਂ ਤੇ ਕਹਿ ਕੇ ਲਓ ਜੀ ਇਹ ਮੁੱਖ ਮੰਤਰੀ ਬਣੇ ਕੇ ਬਣੇ। ਫਿਰ ਇਹ ਗੱਲ ਆ ਗਈ ਵੀ ਨਹੀਂ ਨਹੀਂ ਏਦਾਂ ਕਰੋ ਵੀ ਥੋੜੀਆਂ ਜਿਹੀ ਵਿਧਾਇਕਾਂ ਦੀ ਰਾਇ ਲੈ ਲਓ ਕਿ ਮੁੱਖ ਮੰਤਰੀ ਕੌਣ ਹੋਣਾ ਚਾਹੀਦਾ। ਜਦੋਂ ਗੱਲ ਚੱਲ ਪਈ ਕਿ ਹਾਈਕਮਾਂਡ ਚਾਹੁੰਦੀ ਹੈ ਮੁੱਖ ਮੰਤਰੀ ਬਣਾਉਣਾ ਜਾਖੜ ਨੂੰ ਜੀ, ਤੇ ਉਦੋਂ ਵਿਧਾਇਕਾਂ ਦੀ ਰਾਇ ਲਈ ਗਈ। ਬਹੁਤ ਸਾਰੇ ਵਿਧਾਇਕਾਂ ਨੇ ਰਾਇ ਜਾਖੜ ਦੇ ਹੱਕ ਵਿੱਚ ਦੇ ਦਿੱਤੀ। ਆਪਣੇ ਕੋਲੇ ਭਾਵੇਂ ਡਿਟੇਲਡ ਅੰਕੜੇ ਤਾਂ ਨਹੀਂ, ਲੇਕਿਨ ਜੇ ਵੱਖ ਵੱਖ ਆਪਾਂ ਚੈਨਲਾਂ ਦੀ ਗੱਲ ਕਰੀਏ ਤੇ ਚੈਨਲਾਂ ਨੇ ਉਹ ਵੀ ਦੱਸਦਾ ਸੀ ਕਿ ਨੰਬਰ 1 ਦੇ ਉੱਤੇ ਜਾਖੜ ਹੈ ਜੀ। ਅਚਨਚੇਤ ਕਹਿੰਦੇ ਜੀ ਨਹੀਂ 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 ਜਾਖੜ ਨਹੀਂ ਬਣ ਸਕਦਾ। ਜਾਖੜ ਕਿਉਂ ਨਹੀਂ ਬਣ ਸਕਦਾ? ਪਹਿਲੀ ਗੱਲ ਮੁੱਖ ਮੰਤਰੀ ਬਣਨ ਦੀ ਉਹਨੂੰ ਆਫਰ ਪੇਸ਼ ਕੀਤੀ ਜੀ, ਫਿਰ ਕਹਿੰਦੇ ਜਾਖੜ ਨਹੀਂ ਬਣ ਸਕਦਾ। ਜਾਖੜ ਇਸ ਕਰਕੇ ਨਹੀਂ ਬਣ ਸਕਦਾ ਕਹਿੰਦੇ ਵੀ ਬੀਬੀ ਜਿਹੜੀ ਅੰਬਿਕਾ ਸੋਨੀ ਹੈ ਉਹਨੇ ਰਿੱਕਾ ਪਾਤਾ। ਅੰਬਿਕਾ ਸੋਨੀ ਕਹਿੰਦੀ ਹੈ ਕਿ ਜਿਹੜਾ ਬੰਦਾ ਚੁਣਿਆ ਹੋਇਆ ਨਹੀਂ ਉਹਨੂੰ ਮੁੱਖ ਮੰਤਰੀ ਨਾ ਬਣਾਇਆ ਜਾਵੇ। ਹਾਂਜੀ ਹਾਂਜੀ ਹਾਂਜੀ, ਆ ਮੈਨੂੰ ਪਤਾ ਨਹੀਂ ਨਾ ਲੱਗਦਾ ਵੀ ਤੁਸੀਂ ਹਾਂਜੀ ਸੁਣ ਰਹੇ ਜੀ, ਕਿਉਂਕਿ ਤੁਹਾਡੀ ਰਫਤਾਰ ਬਣੀ ਸੀ ਅੱਜ ਫੋਨ ਤੇ। ਹਾਂਜੀ, ਉਹਨੇ ਕਹਿ ਦਿੱਤਾ ਵੀ ਜਿਹੜਾ ਬੰਦਾ ਚੁਣਿਆ ਹੋਇਆ ਨੀ ਉਹਨੂੰ ਮੁੱਖ ਮੰਤਰੀ ਨਾ ਬਣਾਇਆ ਜਾਵੇ, ਔਰ ਦੂਸਰਾ ਜਿਹੜਾ ਬੰਦਾ ਗੈਰ ਸਿੱਖ ਹੈ ਉਹਨੂੰ ਮੁੱਖ ਮੰਤਰੀ ਨਾ ਬਣਾਇਆ ਜਾਵੇ ਜੀ। ਉਹਦਾ ਇਹ ਕਹਿਣਾ ਸੀਗਾ ਕਿ ਪੰਜਾਬ ਦੇ ਵਿੱਚ ਹੁਣ ਤੱਕ ਜਿੰਨੇ ਵੀ ਮੁੱਖ ਮੰਤਰੀ ਬਣੇ ਆ ਉਹ ਸਿੱਖ ਬਣੇ ਆ। ਆਪਾਂ ਨੂੰ ਇਹ ਮੰਨਣਾ ਪੈਣਾ ਕਿ ਜਦੋਂ ਪਹਿਲਾਂ ਪੰਜਾਬ ਹੁੰਦਾ ਸੀਗਾ, ਪੰਜਾਬੀ ਸੂਬਾ ਬਣਨ ਤੋਂ ਪਹਿਲਾਂ ਜੀ, ਉਦੋਂ ਪੰਜਾਬ ਦੇ ਦੋ ਹਿੱਸੇ ਹੁੰਦੇ ਸੀ। ਇੱਕ ਪੰਜਾਬ ਉਹ ਹੁੰਦਾ ਸੀ ਜਿਹੜਾ ਅੰਗਰੇਜ਼ੀ ਰਾਜ ਵਾਲਾ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਸੀ। ਦੂਜਾ ਪੰਜਾਬ ਉਹ ਹੁੰਦਾ ਸੀ ਜਿਹੜਾ ਪੈਪਸੂ ਤੇ ਆਧਾਰਿਤ ਸੀ ਜੀ। ਫਿਰ ਜਦੋਂ ਪੈਪਸੂ ਨੂੰ ਤੇ ਪੰਜਾਬ ਨੂੰ ਇਕੱਠਿਆਂ ਕੀਤਾ, ਪੈਪਸੂ ਦਾ ਮੁੱਖ ਮੰਤਰੀ ਵੀ ਆਪਾਂ ਦੇਖਿਆ ਇੱਕ ਅੱਧੀ ਵਾਰੀ ਜੱਟ ਸਿੱਖ ਬਣਿਆ, ਨਹੀਂ ਤਾਂ ਸਾਰੇ ਹਿੰਦੂ ਬਣਦੇ ਰਹੇ ਜੀ ਜੀ। ਏਦਾਂ ਹੀ ਜੇ ਆਪਾਂ ਪੁਰਾਣੇ ਪੰਜਾਬ ਦੀ ਗੱਲ ਦੇਖੀਏ ਤਾਂ ਇੱਕ ਵਾਰੀ ਬਣਿਆ ਉਹਦੇ ਵਿੱਚੋਂ ਪ੍ਰਤਾਪ ਸਿੰਘ ਕਹਿਰੋ ਜੀ, ਤੇ ਸ਼ਾਇਦ ਮੇਰਾ ਖਿਆਲ ਹੈ ਇੱਕ ਵਾਰੀ ਗਿਆਨ ਸਿੰਘ ਰਾੜੇ ਵਾਲਾ ਬਣ ਗਿਆ ਸੀ ਤੇ ਬਾਕੀ ਸਾਰੇ ਹਿੰਦੂ ਭਾਈਚਾਰੇ ਚ ਆਉਂਦੇ ਰਹੇ ਜੀ। 1966 ਦੇ ਵਿੱਚ ਜਦੋਂ ਪੰਜਾਬੀ ਸੂਬਾ ਬਣਿਆ, ਪੰਜਾਬੀ ਸੂਬਾ ਬਣਨ ਵੇਲੇ ਜਿਹੜਾ ਪਹਿਲਾ ਮੁੱਖ ਮੰਤਰੀ ਹੈ ਕਾਮਰੇਡ ਰਾਮ ਕ੍ਰਿਸ਼ਨ, ਉਹ ਵੀ ਹਿੰਦੂ ਭਾਈਚਾਰੇ ਤੋਂ, ਪਹਿਲਾ ਸੀ ਹਿੰਦੂ ਭਾਈਚਾਰੇ। ਗਿਆਨੀ ਗੁਰਮੁਖ ਸਿੰਘ ਮੁਸਾਫਰ ਜ਼ਰੂਰ ਜਿਹੜੇ ਹੈ ਉਹ ਸਿੱਖ ਭਾਈਚਾਰੇ ਚੋਂ ਜੀ। ਪੰਜਾਬੀ ਸੂਬਾ ਬਣਨ ਤੋਂ ਬਾਅਦ ਜਿਹੜੀ ਪਹਿਲੀ ਚੋਣ ਹੁੰਦੀ ਹੈ ਉਸ ਚੋਣ ਦੇ ਵਿੱਚ ਪਹਿਲੇ ਮੁੱਖ ਮੰਤਰੀ ਬਣਦੇ ਆ ਜਸਟਿਸ ਗੁਰਨਾਮ ਸਿੰਘ ਜੀ। ਜਸਟਿਸ ਗੁਰਨਾਮ ਸਿੰਘ ਹੈ ਭਾਵੇਂ ਅਕਾਲੀ ਦਲ ਦੇ ਸੀ, ਲੇਕਿਨ ਉਸ ਵੇਲੇ ਇੱਕ ਸਾਂਝਾ ਫਰੰਟ ਬਣਿਆ ਸੀ, ਔਰ ਉਸ ਸਾਂਝੇ ਫਰੰਟ ਦੇ ਵਿੱਚ ਕਾਮਰੇਡ ਵੀ ਸੀ, ਉਹਦੇ ਵਿੱਚ ਜਨਸੰਘ ਵੀ ਸੀ, ਉਹਦੇ ਵਿੱਚ ਅਕਾਲੀ ਦਲ ਵੀ ਸੀ ਜੀ। ਉਦੋਂ ਲਗਭਗ ਆਲ ਪਾਰਟੀ ਸਮਝੌਤਾ ਹੋ ਗਿਆ ਸੀ ਕਿ ਕਾਂਗਰਸ ਪਾਰਟੀ ਨੂੰ ਹਰਾਉਣਾ ਹੈ, ਤੇ ਉਸ ਸਾਂਝੇ ਮੋਰਚੇ ਦਾ ਕਨਵੀਨਰ ਹੈ ਜਿਹੜਾ ਉਹ ਹਰਕਿਸ਼ਨ ਸਿੰਘ ਸੁਰਜੀਤ ਹੁੰਦਾ ਸੀ ਜੀ। ਸਾਂਝੇ ਮੋਰਚੇ ਦੀ ਉਹ ਸਰਕਾਰ ਅਧਵਾਟੇ ਟੁੱਟ ਗਈ, ਕਿਉਂਕਿ ਲਕਸ਼ਮਣ ਸਿੰਘ ਗਿੱਲ ਜਿਹੜੀ ਹੈਗੇ ਉਹ ਦਲਬਦਲੀ ਕਰ ਗਿਆ ਸੀ, ਔਰ ਕਾਂਗਰਸ ਪਾਰਟੀ ਦੀ ਮਦਦ ਦੇ ਨਾਲ ਮੁੱਖ ਮੰਤਰੀ ਬਣ ਗਿਆ ਸੀ। ਬਾਅਦ ਜਦੋਂ ਕਾਂਗਰਸ ਪਾਰਟੀ ਨੇ ਹਮਾਇਤ ਵਾਪਸ ਲੈ ਲਈ ਤੇ ਫਿਰ 1969 ਦੇ ਵਿੱਚ ਚੋਣਾਂ ਹੁੰਦੀਆਂ, ਉਹਨਾਂ ਚੋਣਾਂ ਚ ਜਸਟਿਸ ਗੁਰਨਾਮ ਸਿੰਘ ਚੀਫ ਮਿਨਿਸਟਰ ਫਿਰ ਬਣ ਜਾਂਦਾ, ਲੇਕਿਨ 70 ਦੇ ਵਿੱਚ ਆ ਕੇ ਜਸਟਿਸ ਗੁਰਨਾਮ ਸਿੰਘ ਦੇ ਮਤਭੇਦ ਆ ਗਏ ਸੀ ਸੰਤ ਜੋੜੀ ਦੇ ਨਾਲ, ਸੰਤ ਫਤਿਹ ਸਿੰਘ ਤੇ ਸੰਤ ਚੰਨਣ ਸਿੰਘ ਹੋਰਾਂ ਦੇ ਨਾਲ,
ਨਤੀਜਾ ਇਹ ਹੋਇਆ ਕਿ ਅਡਵਾਂਟੇਜ ਫਿਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਤਾ ਸੀ ਜੀ ਜੀ। ਫਿਰ ਅਗਲੇ ਜਿਹੜੇ ਹੈਗੇ ਆ ਮੁੱਖ ਮੰਤਰੀ ਬਣਦੇ ਆ ਗਿਆਨੀ ਜੈਲ ਸਿੰਘ ਬੈਕਵਰਡ ਕਲਾਸ ਦੇ ਵਿੱਚੋਂ ਆਉਂਦੇ ਸੀ, ਗਿਆਨੀ ਜੈਲ ਸਿੰਘ ਰਹਿੰਦੇ ਆ 77 ਤੱਕ, ਫਿਰ ਚੋਣਾਂ ਹੁੰਦੀਆਂ ਤੇ ਫਿਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣਦੇ ਆ। ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ 80 ਚੋਣਾਂ ਹੁੰਦੀਆਂ, ਉਹ ਅਸੈਂਬਲੀ ਵਿਚਕਾਰੋਂ ਟੁੱਟ ਗਈ ਸੀ ਜੀ। ਉਹ ਬਣਦੇ ਆ ਸਰਦਾਰ ਦਰਬਾਰਾ ਸਿੰਘ, ਤੇ ਫਿਰ ਜਿਹੜੀਆਂ 85 ਚੋਣਾਂ ਹੁੰਦੀਆਂ ਆ ਗਏ ਸੁਰਜੀਤ ਸਿੰਘ ਬਰਨਾਲਾ ਜੀ। 85 ਤੋਂ ਬਾਅਦ 92 ਚੋਣਾਂ ਹੁੰਦੀਆਂ ਤੇ 92 ਵਾਲੀਆਂ ਚੋਣਾਂ ਦੇ ਵਿੱਚ ਬਣਦੇ ਆ ਬੇਅੰਤ ਸਿੰਘ ਹੋਈ। ਉਹ ਤੋਂ ਬਾਅਦ ਬੇਅੰਤ ਸਿੰਘ ਹੋਰਾਂ ਦੀ ਮੌਤ ਹੋ ਜਾਂਦੀ ਹੈ ਤੇ ਬਣਦੇ ਹਰਚਰਨ ਸਿੰਘ ਬਰਾੜ ਜੀ। ਬਰਾੜ ਤੋਂ ਬਾਅਦ ਫਿਰ ਬੀਬੀ ਬਣਦੀ ਹੈ ਰਜਿੰਦਰ ਕੌਰ ਪੱਠਲ, ਉਹਨੇ ਬਗਾਵਤ ਕਰਕੇ ਉਹ ਬਣਗੀ ਸੀ, ਉਹ ਔਰਤ ਸੀ ਪਰ ਉਹ ਵੀ ਸਿੱਖ ਭਾਈਚਾਰੇ ਚੋਂ ਜੀ। ਅੱਗੇ ਜਿਹੜੇ ਹੈਗੇ ਸਰਦਾਰ ਪ੍ਰਕਾਸ਼ ਸਿੰਘ ਬਾਦਲ 97 ਵਿੱਚ ਫਿਰ ਬਣਦੇ ਹੈ ਜੀ, ਉਹ ਵੀ ਸਿੱਖ, 2002 'ਚ ਕੈਪਟਨ ਬਣਦੇ ਹੈ। 7 ਤੋਂ ਲੈ ਕੇ 17 ਤੱਕ ਫਿਰ ਰਹਿੰਦੇ ਹੈ ਬਾਦਲ ਸਾਹਿਬ, ਔਰ 17 ਤੋਂ ਲੈ ਕੇ ਆ ਹੁਣ ਤੱਕ ਕੁਛ ਦਿਨ ਪਹਿਲਾਂ ਤੱਕ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣਿਆ। ਇਹ ਸਾਰੇ ਮਤਲਬ ਹੈ ਵੀ ਜਦੋਂ ਦਾ ਪੰਜਾਬੀ ਸੂਬਾ ਬਣਿਆ ਉਦੋਂ ਦੇ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਹੈਗੇ ਉਹ ਸਾਰੇ ਦੇ ਸਾਰੇ ਸਿੱਖ ਬਣਦੇ ਜੀ। ਲੇਕਿਨ ਜੇ ਅਸੀਂ ਆਬਾਦੀ ਦੇ ਲਿਹਾਜ਼ ਨਾਲ ਦੇਖੀਏ ਤਾਂ ਆਬਾਦੀ ਦੇ ਲਿਹਾਜ਼ ਨਾਲ ਕੋਈ ਬਹੁਤਾ ਫਰਕ ਨਹੀਂ, ਪਰ ਮੰਨਿਆ ਜਾਂਦਾ ਅੰਬਕਾ ਸੋਨੀ ਦਾ ਇਹ ਕਹਿਣਾ ਸੀਗਾ ਕਿ ਇਸ ਲਈ ਜ਼ਰੂਰੀ ਹੈ ਜੀ ਕਿਉਂਕਿ ਦੁਨੀਆਂ ਦੇ ਵਿੱਚ ਸਿੱਖ ਕਿਤੇ ਵੀ ਬਹੁ ਗਿਣਤੀ ਚ ਨਹੀਂ, ਇੱਥੇ ਸਿੱਖ ਜਿਹੜੇ ਹੈਗੇ ਆ ਉਹ ਮੁੱਖ ਮੰਤਰੀ ਸਿੱਖਾਂ ਚੋਂ ਬਣਾਇਆ ਜਾਵੇ, ਉਹਦਾ ਤਰਕ ਪਤਾ ਨਹੀਂ ਕੀ ਸੀ, ਉਹਨੇ ਇਹ ਉਹਦੇ ਅੰਦਰਲੀ ਉਹਦੀ ਭਾਵਨਾ ਕੀ ਸੀ, ਉਹਦਾ ਤਰਕ ਇਹ ਸੀਗਾ ਜੀ ਜੀ, ਅੰਦਰਲੀ ਭਾਵਨਾ ਉਹਦੀ ਕੁਛ ਵੀ ਹੋਵੇ। ਤੇ ਨਤੀਜਾ ਫਿਰ ਇਹ ਹੋਇਆ ਕਿ ਉਹ ਕਹਿੰਦੇ ਜੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਬਣਾ ਲਓ ਮੁੱਖ ਮੰਤਰੀ। ਸੁਖਜਿੰਦਰ ਸਿੰਘ ਰੰਧਾਵਾ ਦੀ ਜਦੋਂ ਆ ਗਈ ਗੱਲ ਤਾਂ ਉਹਦੇ ਨਾਲ ਨਵਜੋਤ ਸਿੰਘ ਸਿੱਧੂ ਨੇ ਉਹਦੇ ਨਾਲ ਅੜਿੱਕਾ ਪਾਤਾ ਵੀ ਜੇ ਜੱਟ ਹੀ ਬਣਾਉਣਾ ਤਾਂ ਫਿਰ ਮੈਂ ਕਿਉਂ ਨਾ ਬਣਾ, ਇਹ ਕਿਉਂ ਬਣੀ, ਇਹ ਵੀ ਪਤਾ ਲੱਗਿਆ ਕਿ ਅੰਦਰ ਤੂੰ ਤੂੰ ਮੈਂ ਵੀ ਹੋਈ ਹੈ। ਅੱਛਾ ਜੀ, ਔਰ ਗੱਲ ਇੱਥੋਂ ਤੱਕ ਵੀ ਹੈ ਜਿਹੜੀ ਮੇਰੇ ਕੋਲ ਇਤਲਾਹ, ਕਹਿੰਦੇ ਬਾਹਾਂ ਵਿੱਚ ਡਾਲ ਗਿਆ ਸੀ ਦੋਨਾਂ ਧਿਰਾਂ ਦੇ। ਅੱਛਾ, ਫਿਰ ਉਹ ਵਿੱਚ ਵਿਚਾਲਾ ਕੀਤਾ ਗਿਆ ਵੀ ਦੋਨਾਂ ਨੂੰ ਛੱਡ ਦਿਓ ਤੇ ਐਂ ਕਰੋ ਵਿਚਕਾਰ ਆਹ ਬਣਾ ਦਿਓ, ਜਿਹੜਾ ਗਰੀਬ ਭਾਈਚਾਰੇ ਦੇ ਵਿੱਚੋਂ ਜੀ ਚੰਨੀ ਚੰਨੀ ਸਾਹਿਬ ਬਣ ਗਏ। ਹੁਣ ਇਹ ਆ ਵੀ ਇੱਕ ਤਾਂ ਇਸ ਗੱਲ ਤੋਂ ਨਾਰਾਜ਼ ਜਾਖੜ ਸਾਹਿਬ ਕਿ ਮੈਨੂੰ ਇਗਨੋਰ ਕਿਉਂ ਕੀਤਾ ਜੀ, ਦੂਜਾ ਉਹ ਇਸ ਗੱਲ ਦੇ ਉੱਤੇ ਇਤਰਾਜ਼ ਕਰਦੇ ਹੈ ਕਿ ਗੁਰੂਆਂ ਪੀਰਾਂ ਦੀ ਧਰਤੀ ਦੇ ਵਿੱਚ ਹਿੰਦੂ ਤੇ ਸਿੱਖ ਦਾ ਮਤਲਬ ਕੀ ਆ ਗਿਆ। ਇਹ ਗੱਲ ਆਪਾਂ ਨੂੰ ਵੇਖਣੀ ਪੈਣੀ ਹੈ ਕਿ ਭਾਵੇਂ ਮਿਸਟਰ ਸੁਨੀਲ ਜਾਖੜ ਹੈ ਹਿੰਦੂ ਭਾਈਚਾਰੇ ਚ ਜੰਮਿਆ ਵਾ ਜੀ, ਪਰ ਉਹ ਹਿੰਦੂ ਭਾਈਚਾਰੇ ਚ ਉਸ ਜੰਮਿਆ ਜਿਹੜਾ ਜਾਟ ਹੈ, ਜਿਹੜਾ ਜੱਟਾਂ ਵਰਗਾ ਹੀ ਜੱਟਾਂ। ਜਾਖੜ ਦੇ ਸਿੱਖ ਵੀ ਹੈਗੇ ਨੇ ਜੀ ਪੰਜਾਬ ਚ ਤਾਂ ਆਪਣੇ, ਕਿੱਲਿਆਂ ਵਾਲੀ ਪਿਆ, ਪੱਤਰੇ ਵਾਲਾ ਪਿਆ, ਪੂਰਾ ਜਾਖੜਾਂ ਦਾ ਪਿੰਡ ਆ ਸਿੱਖਾਂ ਦਾ। ਜਾਖੜ ਗੋਤ ਹੈ, ਜਿਵੇਂ ਮਤਲਬ ਆਪਾਂ ਜੱਟ ਪੰਜਾਬ ਦੇ ਜੱਟ ਤੇ ਯੂਪੀ ਦੇ ਜੱਟ, ਹਰਿਆਣੇ ਦੇ ਜੱਟ ਤੇ ਪੰਜਾਬ ਦੇ ਜੱਟ, ਇਹਨਾਂ ਨੂੰ ਇੱਕੋ ਹੀ ਮੰਨਿਆ ਜਾਂਦਾ ਹੈ ਜੀ, ਜੱਟ ਭਾਈਚਾਰਾ ਮੰਨਿਆ ਜਾਂਦਾ ਹੈ, ਉਹਨੂੰ ਆਪਾਂ ਉਸ ਤਰ੍ਹਾਂ ਦਾ ਵੀ ਨਹੀਂ ਕਹਿ ਸਕਦੇ। ਔਰ ਇਹਦੇ ਨਾਲ ਜਿਹੜੀ ਇੱਕ ਹੋਰ ਵੱਡੀ ਗੱਲ ਕੀਤੀ, ਉਹ ਕਰਤੀ ਜਥੇਦਾਰ ਅਕਾਲ ਤਖ਼ਤ ਸਾਹਿਬ ਜਿਹੜੇ ਐਕਟਿੰਗ ਜਥੇਦਾਰ ਆ ਭਾਈ ਹਰਪ੍ਰੀਤ ਸਿੰਘ ਹੋਣੀ, ਉਹਨਾਂ ਨੇ ਕਹਿ ਦਿੱਤਾ ਜੀ ਤਾਂ ਫਰਕ ਹੀ ਨਹੀਂ ਹੋਣਾ ਚਾਹੀਦਾ, ਮੁੱਖ ਮੰਤਰੀ ਦਾ ਯੋਗਤਾ ਦੇ ਆਧਾਰ ਤੇ ਹੋਣਾ ਚਾਹੀਦਾ, ਮੁੱਖ ਮੰਤਰੀ ਕੋਈ ਹੈ ਜਿਹੜਾ ਧਰਮ ਦੇ ਆਧਾਰ ਤੇ ਹੋਣਾ ਹੀ ਨਹੀਂ ਚਾਹੀਦਾ। ਇਸ ਗੱਲ ਦੇ ਉੱਤੇ ਵੀ ਕਿੰਤੂ ਪ੍ਰੰਤੂ ਸ਼ੁਰੂ ਹੋ ਗਏ, ਸਰਦਾਰ ਹਰਵਿੰਦਰ ਸਿੰਘ ਫੂਲਕਾ ਨੇ ਕਿੰਤੂ ਪ੍ਰੰਤੂ ਸ਼ੁਰੂ ਕਰਤਾ, ਜੇ ਪੰਜਾਬ ਚ ਨਾ ਬਣੂਗਾ ਸਿੱਖ ਤਾਂ ਫਿਰ ਕਿੱਥੇ ਬਣੂਗਾ। ਇਹ ਗਿਆਨੀ ਹਰਪ੍ਰੀਤ ਸਿੰਘ ਕਰਦੇ ਕੀ ਹੈ, ਜਿਹੜੇ ਐਸਪੀ ਸਿੰਘ ਹੈ, ਵਾਈਸ ਚਾਂਸਲਰ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ, ਉਹਨਾਂ ਦਾ ਤਰਕ ਇਹ ਹੈ ਕਿ ਜੋ ਕੁਛ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਹੈ, ਗਿਆਨੀ ਹਰਪ੍ਰੀਤ ਸਿੰਘ ਆਪਣੇ ਵੱਲੋਂ ਨਹੀਂ ਕਹਿੰਦੇ ਜੀ, ਆਪਣੀ ਮਨਸਾ ਨਾਲ ਨਹੀਂ, ਇਹਨਾਂ ਨੂੰ ਤਾਂ ਜੋ ਪੋਲੀਟੀਕਲ ਲੀਡਰਸ਼ਿਪ ਹੁਕਮ ਦਿੰਦੀ ਹੈ ਉਹ ਕਹਿੰਦੇ ਕਹਿੰਦੇ ਨੇ। ਉਹਨਾਂ ਦਾ ਕਹਿਣਾ ਸੀ ਕਿ ਜਦੋਂ ਆਰਐਸਐਸ ਨੂੰ ਇਹ ਗੱਲ ਕਹੀ ਹੈ ਕਿ ਆਰਐਸਐਸ ਸਿੱਖ ਵਿਰੋਧੀ ਹੈ, ਇਹਦੇ ਤੇ ਬੈਨ ਲਾਓ, ਉਹ ਵੀ ਸੁਖਬੀਰ ਸਿੰਘ ਬਾਦਲ ਦੇ ਕਹਿਣ ਤੇ ਕੀਤਾ ਗਿਆ ਸੀ, ਤੇ ਹੁਣ ਵੀ ਸੁਖਬੀਰ ਸਿੰਘ ਬਾਦਲ ਦਾ ਇਸ਼ਾਰਾ ਹੋਣਾ ਤਾਂ ਹੀ ਉਹਨਾਂ ਨੇ ਕਿਹਾ। ਤੇ ਉਹਨਾਂ ਦਾ ਅਗਲਾ ਇਹ ਵੀ ਤਰਕ ਹੈ ਕਿ ਜੇ ਮੰਨ ਲਓ ਹਿੰਦੂ ਤੇ ਸਿੱਖ ਚ ਫਰਕ ਹੀ ਕੋਈ ਨੀ, ਫਿਰ ਪੰਜਾਬੀ ਸੂਬਾ ਬਣਾਉਣ ਦੀ ਲੋੜ ਕੀ ਸੀ, ਸਿੱਖ ਬਹੁ ਗਿਣਤੀ ਵਾਲਾ ਸੂਬਾ ਬਣਾਉਣ ਦੀ ਕੀ ਲੋੜ ਸੀ। ਸਿੱਖ ਬਹੁ ਗਿਣਤੀ ਵਾਲਾ ਸੂਬਾ ਬਣਾ ਕੇ ਪੰਜਾਬ ਦਾ ਜਿਹੜਾ ਖੱਖੜੀਆਂ ਕਰੇਲੇ ਕਰਤਾ, ਇੱਕ ਹਿੱਸਾ ਕੱਢ ਕੇ ਹਰਿਆਣੇ ਨੂੰ ਦੇ ਦਿੱਤਾ, ਇੱਕ ਹਿੱਸਾ ਜਿਹੜਾ ਹੈਗਾ ਆਪਣਾ ਗਿਆ ਹਿਮਾਚਲ ਪ੍ਰਦੇਸ਼ ਦੇ ਵਿੱਚ, ਤੇ ਇਹਨੂੰ ਆਪਾਂ ਪੰਜਾਬੀ ਸੂਬਾ ਨਹੀਂ ਕਹਾਂਗੇ, ਇਹਨੂੰ ਆਪਾਂ ਪੰਜਾਬ ਦੀ ਵੰਡ ਕਹਾਂਗੇ ਜੀ ਜੀ। ਜਿਹੜੀ ਪੰਜਾਬ ਦੀ ਵੰਡ ਕਹਿ ਕੇ ਇੱਕ ਐਡੇ ਵੱਡੇ ਸੂਬੇ ਤੇ ਸੂਬੀ ਬਣਾਈ ਹੈ, ਤੇ ਸੂਬੀ ਬਣਾਉਣ ਦਾ ਮਤਲਬ ਫਿਰ ਕੀ ਸੀ। ਫਿਰ ਜਥੇਦਾਰ ਸਾਹਿਬ ਜਿਹੜੇ ਹੈਗੇ ਇਹਨਾਂ ਨੂੰ ਤਲਬ ਕਰਨ ਪ੍ਰਕਾਸ਼ ਸਿੰਘ ਬਾਦਲ ਨੂੰ ਕਿ ਸ਼੍ਰੀਮਾਨ ਜੀ ਤੁਸੀਂ ਉਦੋਂ ਇਹ ਮੋਰਚੇ ਕਿਉਂ ਲਾਏ ਸੀ, ਕਿਉਂਕਿ ਬਾਕੀ ਤਾਂ ਉਸ ਵੇਲੇ ਦੀ ਲੀਡਰਸ਼ਿਪ ਚੋਂ ਕੋਈ ਰਿਹਾ ਨੀਗਾ, ਇਹੀ ਰਹਿੰਦੇ ਤੇ ਇਹਨਾਂ ਨੂੰ ਤਲਬ ਕਰਨਗੇ, ਤੁਹਾਡਾ ਇਹ ਕੰਮ ਗਲਤ ਸੀ ਅੱਜ ਜੀ ਜੀ। ਪਰ ਕਿਉਂਕਿ ਜਾਖੜ ਸਾਹਿਬ ਫਿਰ ਨਾਰਾਜ਼ ਸੀ ਤੇ ਅਗਲੀ ਨਾਰਾਜ਼ ਵੀ ਇਹ ਹੋ ਗਈ, ਜਾਖੜ ਸਾਹਿਬ ਨੇ ਫਿਰ ਆਪਦਾ ਗੁੱਸਾ ਕੱਢਿਆ, ਉਹਨਾਂ ਨੇ ਬੀਬੀ ਦਾ ਨਾਂ ਲਏ ਤੋਂ ਵਗੈਰਾ ਅੰਬਕਾ ਸੋਨੀ ਤੇ ਕਿਹਾ ਕਿ ਉਹ ਲੋਕ ਖੁਦਗਰ ਜਾ, ਉਹਨਾਂ ਦੀਆਂ ਪਤਾ ਨੀ ਕੀ ਕਰਦੇ ਆ ਜਿਹੜਾ ਜਿਹੜੀਆਂ ਇਸ ਮਾਮਲੇ ਨੂੰ ਹਿੰਦੂ ਤੇ ਸਿੱਖ ਦੇ ਵਿੱਚ ਤਬਦੀਲ ਕਰਦੇ। ਪੰਜਾਬ ਦੇ ਵਿੱਚ ਕਦੇ ਵੀ ਮਤਲਬ ਜਿਹੜਾ ਹਿੰਦੂ ਤੇ ਸਿੱਖ ਦਾ ਵਿਤਕਰਾ ਨਹੀਂ ਰਿਹਾ ਆਪਸ ਮੇ, ਨਾ ਹੀ ਇੱਥੇ ਗਰੀਬ ਭਾਈਚਾਰੇ ਦੇ ਨਾਲ ਜਿਹਨਾਂ ਨੂੰ ਅਸੀਂ ਕਹਿ ਦਿੰਦੇ ਹਾਂ ਦਲਿਤ ਭਾਈਚਾਰਾ, ਉਹਨਾਂ ਦਾ ਵੀ ਕੋਈ ਆਪਸ ਮੇ ਵਿਤਕਰਾ ਨਹੀਂ ਰਿਹਾ, ਇਹ ਗੱਲ ਨਹੀਂ ਸੀ ਚਾਹੀਦੀ।
ਪਰ ਫਿਰ ਵੀ ਉਹਨੇ ਕਿਹਾ ਵੀ ਬਹੁਤ ਵਧੀਆ ਕੀਤੀ ਕਿ ਜਿਹੜੇ ਚੰਨੀ ਸਾਹਿਬ ਨੂੰ ਮੁੱਖ ਮੰਤਰੀ ਬਣਾਤਾ, ਇੱਕ ਗਰੀਬ ਘਰ ਚੋਂ ਆਇਆ, ਚੰਗੀ ਗੱਲ ਹੈ। ਅਗਲਾ ਜਿਹੜਾ ਹੈਗਾ ਰਹਿੰਦੀ ਖੂਹ ਦੀ ਕਸਰਤ ਪੂਰੀ ਕਰਤੀ ਹਰੀਸ਼ ਰਾਵਤ ਨੇ। ਹਰੀਸ਼ ਰਾਵਤ ਜਿਹੜਾ ਹੈਗਾ ਪਤਾ ਨੀ ਕਰਦਾ ਕੀ ਹੈ, ਮੈਨੂੰ ਤਾਂ ਇਹ ਨੀ ਸਮਝ ਆਉਂਦੀ ਕਿ ਉਹਨੂੰ ਲੀਡਰ ਕਿਹਨੇ ਬਣਾਤਾ। ਆਪਾਂ ਵੀ ਉਹਦੀ ਤਾਰੀਫ ਕਰਦੇ ਰਹੇ ਕਿ ਉਹਦਾ ਕੋਈ ਪਤਾ ਹੀ ਲੱਗਦਾ ਬੋਲਦਾ ਕੀ ਹੈ, ਬੋਲਦਾ ਕਿੱਥੋਂ ਹੈ। ਕਦੇ ਤਾਂ ਉਹ ਕਹਿੰਦਾ, ਸ਼ੁਰੂ ਚੋਂ ਕਹਿੰਦਾ ਸੀਗਾ ਜੀ ਕੈਪਟਨ ਅਮਰਿੰਦਰ ਸਿੰਘ ਫਾਦਰ ਫਿਗਰ ਹੈ ਤੇ ਕਾਂਗਰਸ ਦਾ ਭਵਿੱਖ ਨਵਜੋਤ ਸਿੰਘ ਸਿੱਧੂ। ਫਿਰ ਉਹਨੇ ਗੱਲ ਕਹਿਤੀ ਜੀ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਵੀ ਬਣ ਸਕਦਾ। ਅਮਰਿੰਦਰ ਸਿੰਘ ਨੇ ਜਦੋਂ ਥੋੜਾ ਜਿਹਾ ਸਿਕੰਜਾ ਕਸਿਆ ਤੇ ਬਾਅਦ ਦੇ ਵਿੱਚ ਕਹਿਤਾ ਨਹੀਂ ਜੀ ਨਹੀਂ 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 ਅਮਰਿੰਦਰ ਸਿੰਘ ਦੀ ਅਗਵਾਈ ਚ ਲੜਾਂਗੇ। ਤੇ ਜਦੋਂ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਗੱਲ ਕੀਤੀ ਤਾਂ ਉਸ ਵੇਲੇ ਪ੍ਰਗਟ ਸਿੰਘ ਡਾਂਗ ਚੱਕ ਕੇ ਪੈ ਗਿਆ। ਉਹ ਕਹਿੰਦਾ ਭਾਈ ਸਾਹਿਬ ਇਹ ਤਾਂ ਫੈਸਲਾ ਪਹਿਲਾਂ ਹੀ ਹੋ ਚੁੱਕਿਆ ਕਿ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਦੇ ਨਾਂ ਤੇ ਲੜਾਂਗੇ ਤੇ ਇਹ ਫੈਸਲਾ ਕਿੱਥੇ ਕਿੱਧਰੋਂ ਆ ਗਿਆ। ਫਿਰ ਉਹਨੇ ਪਿਛਾਂਹ ਖਿੱਚ ਲਿਆ, ਹੁਣ ਮੁੱਖ ਮੰਤਰੀ ਬਣਾਤਾ ਚੰਨੀ, ਸਾਰੇ ਦੇਸ਼ ਦੇ ਵਿੱਚ ਢੰਡੋਰਾ ਪਿੱਟਤਾ ਕਾਂਗਰਸ ਨੇ ਦਲਿਤ ਭਾਈਚਾਰੇ ਦੀ ਵੋਟ ਲੈਣ ਵਾਸਤੇ ਵੀ। ਆਹ ਦੇਖੋ ਜੀ ਅਸੀਂ ਗਰੀਬ ਬੰਦਾ ਬਣਾਤਾ, ਗਰੀਬ ਬੰਦਾ ਬਣਾਤਾ, ਗਰੀਬ ਬੰਦਾ ਬਣਾਤਾ, ਤਾਂ ਕਿ ਉੱਤਰ ਪ੍ਰਦੇਸ਼ ਦੇ ਵਿੱਚ ਉੱਤਰਾਖੰਡ ਚ ਜਿੱਥੇ ਜਿੱਥੇ ਚੋਣਾਂ ਹੋਣਗੀਆਂ ਉੱਥੋਂ ਜਿਹੜੀ ਹੈ ਦਲਿਤ ਵੋਟ ਬੈਂਕ ਨੂੰ ਆਪਦੇ ਹੱਕ ਵਿੱਚ ਕੀਤਾ ਜਾਵੇ। ਤੇ ਉਹਨੇ ਫਿਰ ਜਿਹੜਾ ਹੈਗਾ ਜਿਵੇਂ ਕਹਿੰਦੇ ਹੁੰਦੇ ਆ ਵੀ ਆਪਣਾ ਕੀ ਹੈ ਮੁਰਦਾ ਬੋਲੂ ਤੇ ਖੱਫਣ ਪਾੜੂ, ਹਾਂ ਉਹਨੇ ਹਰਾਬਤ ਨੇ ਫਿਰ ਖੱਫਣ ਪਾੜਤਾ, ਮੁੱਖ ਮੰਤਰੀ ਬਣਾਤਾ ਚੰਨੀ ਨੂੰ। ਤੇ ਅਗਲੇ ਦਿਨ ਬਿਆਨ ਦਿੱਤਾ ਜੀ ਅਸੀਂ ਅਗਲੀ ਚੋਣ ਜਿਹੜੀ ਹੈ ਉਹ ਲੜਾਂਗੇ ਸਿੱਧੂ ਦੀ ਅਗਵਾਈ ਹੈ। ਜਾਖੜ ਨੇ ਫਿਰ ਜਿਹੜਾ ਹੈਗਾ ਖੌਸਲਾ ਕੱਢ ਲਿਆ, ਉਹ ਆਦਾ ਭਲਿਆ ਮਾਨ ਸਾਹਿਬ ਤੂੰ ਤਾਂ ਕਾਂਗਰਸ ਪਾਰਟੀ ਦੀ ਪੱਟੀ ਮਿਸ ਕਰੀ ਹੈ। ਸਾਰੇ ਲੋਕ ਇਹ ਕਹਿਣਗੇ ਵੀ ਇਹ ਤਾਂ ਇੱਕ ਦਲਿਤ ਭਾਈਚਾਰੇ ਨੂੰ ਮੋਹਰਾ ਬਣਾਉਂਦੇ ਹੈ, ਸਰਦਾਰੀ ਤਾਂ ਫਿਰ ਸਿੱਖਾਂ ਨੂੰ ਦੇਣੀ ਹੈ, ਸਰਦਾਰਾਂ ਨੂੰ ਦੇਣੀ ਹੈ, ਇਹਨੂੰ ਤਾਂ ਵਿਚਾਰੇ ਨੂੰ ਇੱਕ ਸੀਰੀ ਬਣਾ ਕੇ ਮੂਹਰੇ ਕਰ ਲਿਆ ਵੀ ਕੰਮ ਇਹਦੇ ਕਰਵਾ ਲਓ, ਇਹਦੇ ਨਾਂ ਦੇ ਉੱਤੇ ਚੋਣਾਂ ਜਿੱਤ ਲਓ ਤੇ ਬਾਅਦ ਚ ਮੰਗ ਕਰ ਲਓ। ਇਹਦੇ ਤੇ ਜਦੋਂ ਇਹ ਸਾਰੀਆਂ ਗੱਲਾਂ ਦਾਨੇ ਵਾਲੀਆਂ ਸਾਹਿਬ ਚੱਲਦੀਆਂ ਸੀ ਤੇ ਫਿਰ ਨਾਲ ਦੀ ਨਾਲ ਹੀ ਇੱਕ ਰਿਊਮਰ ਫੈਲ ਗਈ ਜਾਂ ਹਕੀਕਤ ਹੈ ਕਿ ਆਮ ਆਦਮੀ ਪਾਰਟੀ ਨੇ ਜਿਹੜਾ ਪਹਿਲਾਂ ਕਿਹਾ ਸੀ ਕਿ ਅਸੀਂ ਜੱਟ ਸਿੱਖ ਨੂੰ ਆਪਣਾ ਮੁੱਖ ਮੰਤਰੀ ਬਣਾਵਾਂਗੇ ਜੀ, ਉਹਨਾਂ ਨੇ ਆਪਣਾ ਪੈਂਤੜਾ ਬਦਲ ਲਿਆ ਅੱਛਾ ਜੀ। ਉਹਨਾਂ ਨੂੰ ਚਾਹੀਦਾ ਸੀਗਾ ਚਿਹਰਾ ਤੇ ਉਹ ਕਹਿੰਦੇ ਵੀ ਉਹਨਾਂ ਨੇ ਡੋਰੇ ਪਾਉਣੇ ਸ਼ੁਰੂ ਕਰ ਦਿੱਤੇ ਆ ਮਿਸਟਰ ਜਾਖੜ ਤੇ ਕਿ ਜਾਖੜ ਸਾਹਿਬ ਤੁਸੀਂ ਆਓ ਤੇ ਮੁੱਖ ਮੰਤਰੀ ਦਾ ਚਿਹਰਾ ਬਣੋ ਜੀ। ਗਾਂਧੀ ਫੈਮਿਲੀ ਜਿਹੜੀ ਆ ਉਹ ਸਾਰੀ ਸ਼ਿਮਲੇ ਬੈਠੀ ਸੀ, ਸੋਨੀਆ ਪ੍ਰਿੰਕਾ ਤੇ ਰਾਹੁਲ ਜੀ, ਇੱਥੋਂ ਪੰਜਾਬ ਵਾਲਾ ਮੋਰਚਾ ਫਤਿਹ ਕਰਕੇ ਜਾ ਕੇ ਉੱਥੇ ਆਰਾਮ ਕਰ ਰਹੇ ਸੀ ਵੀ ਚਲੋ ਸ਼ੁਕਰ। ਜਦੋਂ ਇਹ ਪਤਾ ਲੱਗਿਆ ਵੀ ਆ ਤਾਂ ਇੱਥੋਂ ਪੰਜਾਬ ਵਾਲੀ ਤਾਂ ਜਿਹੜੀ ਹੈਗੀ ਆ ਅੱਗ ਠੰਡੀ ਹੋਈ ਨਹੀਂ ਹਜੇ, ਲੁੱਟੀਆ ਉਜੜ ਰਹੀ ਹੈ, ਫਿਰ ਨਾਲ ਦੀ ਨਾਲ ਦੋਨੇ ਭੈਣ ਭਰਾ ਚੰਡੀਗੜ੍ਹ ਆ ਗਏ। ਚੰਡੀਗੜ੍ਹ ਹਵਾਈ ਅੱਡੇ ਦੇ ਜਾਖੜ ਸਾਹਿਬ ਨੂੰ ਬੁਲਾ ਲਿਆ ਵੀ ਆਓ ਜੀ ਆਪਾਂ ਗੱਲਾਂ ਬਾਤਾਂ ਕਰ ਰਹੀਆਂ, ਘੰਟਾ ਕੁ ਉੱਥੇ ਲਾਇਆ, ਫਿਰ ਨੂੰ ਕਹਿੰਦਾ ਜਹਾਜ਼ ਚ ਨਾਲ ਹੀ ਚੱਲ, ਉਹਨੂੰ ਨਾਲ ਲੈ ਗਏ, ਉਹ ਦਿੱਲੀ ਹੈ। ਹੁਣ ਜਿੰਨੇ ਮੂੰਹ ਤੇ ਉਨੀਆਂ ਗੱਲਾਂ ਵੱਖ ਵੱਖ ਸੂਤਰਾਂ ਤੋਂ ਜੋ ਖਬਰਾਂ ਆ ਰਹੀਆਂ, ਪਹਿਲਾਂ ਤਾਂ ਉਹਨੂੰ ਕਿਹਾ ਵੀ ਤੂੰ ਐਂ ਕਰ ਕੈਬਨਿਟ ਸ਼ਾਮਲ ਹੋ ਜਾ। ਅੱਛਾ ਜੀ, ਉਹ ਆਦਾ ਵੀ ਕਿਉਂ ਹੋਵਾਂ, ਕਹਿੰਦੇ ਮਹਿਕਮਾ ਜਿਹੜਾ ਮਰਜ਼ੀ ਹੈ ਲੈ ਲੈ, ਜੇ ਫਰਾਂਸ ਚ ਆਉਣਾ ਉਹ ਲੈ ਲਾ, ਜੇ ਤੂੰ ਗ੍ਰਹਿ ਚ ਆਉਣਾ ਉਹ ਲੈ ਲਾ, ਤੂੰ ਲੈ ਲਾ। ਉਹ ਕਹਿੰਦਾ ਜਦੋਂ ਪਹਿਲਾਂ ਸੁਣ ਆਪਣੇ ਜਿਹੜੀ ਅੰਬਿਕਾ ਸੋਨੀ ਨੇ ਇਹ ਗੱਲ ਕਹਿਤੀ ਸੀ ਕਿ ਜਿਹੜਾ ਬੰਦਾ ਇਲੈਕਟਡ ਹੀ ਨਹੀਂ ਉਹ ਬਣ ਹੀ ਨਹੀਂ ਸਕਦਾ, ਤੇ ਫਿਰ ਮੈਂ ਕਿਉਂ ਇਲੈਕਟ ਹੋ ਗਿਆ, ਮੈਂ ਅਸੂਲੀ ਬੰਦਾ, ਮੈਂ ਆਪਣੇ ਅਸੂਲਾਂ ਦੇ ਨਾਲ ਕਦੇ ਸਮਝੌਤਾ ਨਹੀਂ ਕਰਦਾ, ਮੈਂ ਨਹੀਂ ਬਣਦਾ। ਫਿਰ ਉਹਨੂੰ ਕਹਿੰਦੇ ਤੈਨੂੰ ਆਲ ਇੰਡੀਆ ਦਾ ਜਨਰਲ ਸੈਕਟਰੀ ਬਣਾ ਦਿੰਦੇ, ਆਲ ਇੰਡੀਆ ਦਾ ਜਨਰਲ ਸੈਕਟਰੀ ਬਣਾ ਕੇ ਵੀ ਖੌਂਸਲੇ ਖਾਂਦਾ ਫਿਰ ਦੂਜੇ ਰਾਜਾਂ ਚ ਜਾ ਕੇ, ਜਿਵੇਂ ਅੱਜ ਜੋ ਕੁਛ ਇਹਦੇ ਨਾਲ ਰਾਬਤ ਨਾ ਹੋਈ ਹੈ ਵੀ ਉਹ ਹੋਵੇ, ਉਹ ਉੱਥੋਂ ਵੀ ਘੇਸਲ ਜੀ ਮਾਰਦਾ। ਹੁਣ ਇੱਕ ਨਵੀਂ ਪ੍ਰਪੋਜ਼ਲ ਦਾ ਪਤਾ ਲੱਗਿਆ ਵੀ ਸ਼ਾਇਦ ਜਾਖੜ ਸਾਹਿਬ ਨੂੰ ਇਹ ਕਹਿੰਦੇ ਵੀ ਤੈਨੂੰ ਜਨਰਲ ਸੈਕਟਰੀ ਬਣਾ ਕੇ ਪੰਜਾਬ ਦਾ ਇੰਚਾਰਜ ਹੀ ਬਣਾ ਦਿੰਦੇ ਆ ਜੀ। ਜੇ ਪੰਜਾਬ ਦਾ ਇੰਚਾਰਜ ਬਣ ਗਿਆ ਤਾਂ ਮੁੱਖ ਮੰਤਰੀ ਤਾਂ ਹੈਗੇ ਆ ਚੰਨੀ, ਚੰਨੀ ਸਾਹਿਬ ਸੁਪਰ ਮੁੱਖ ਮੰਤਰੀ ਬਣੇ ਫਿਰਦੇ ਆ ਸਿੱਧੂ ਸਾਹਿਬ ਤੇ ਮਹਾ ਸੁਪਰ ਬਣ ਜਾਣਗੇ ਫਿਰ ਜਾਖੜ ਸਾਹਿਬ ਤੇ ਤਿੰਨ ਸੈਂਟਰ ਬਣ ਜਾਣਗੇ, ਚੌਥਾ ਸੈਂਟਰ ਜਿਹੜੇ ਫਿਰ ਹੈਗੇ ਆ ਤੁਹਾਡੇ ਜੇ ਗ੍ਰਹਿ ਮੰਤਰੀ ਬਣ ਗਏ ਆਪਣੇ ਰੰਧਾਵਾ ਸਾਹਿਬ, ਉਹ ਵੀ ਫਿਰ ਕਿਸੇ ਦੀ ਨੋਹ ਧੀ ਨਾਲੋਂ ਘੱਟ ਨੀ। ਤੇ ਜੇ ਆਪਾਂ ਓਮ ਪ੍ਰਕਾਸ਼ ਸੋਨੀ ਦੀ ਗੱਲ ਦੇਖੀਏ, ਓਮ ਪ੍ਰਕਾਸ਼ ਸੋਨੀ ਨੇ ਜਿਹਨਾਂ ਲੋਕਾਂ ਨੂੰ ਪਾਣੀ ਪਿਆਇਆ ਉਹਨਾਂ ਨੇ ਤਾਂ ਮੁੜ ਕੇ ਸਾਹ ਹੀ ਨਹੀਂ ਲਿਆ ਜੀ। ਉਹਨਾਂ ਦੇ ਵਿੱਚੋਂ ਰਘੁਨੰਦਨ ਲਾਲ ਭਾਟੀਆ ਵੀ ਹੁੰਦਾ ਸੀ ਜਿਹੜਾ ਸੱਤ ਅੱਠ ਵਾਰੀ ਪਾਰਲੀਮੈਂਟ ਦਾ ਮੈਂਬਰ ਚੁਣਿਆ ਗਿਆ ਸੀ, ਲੇਕਿਨ ਉਹਨੂੰ ਜੇ ਕਿਸੇ ਬੰਦੇ ਨੇ ਮਿੱਟੀ ਚ ਰੋਲਿਆ ਸੀ ਤਾਂ ਉਹ ਇਹਨੇ ਸੋਨੀ ਸਾਹਿਬ ਨੇ ਰੋਲਿਆ ਸੀ। ਤੇ ਸੋਨੀ ਸਾਹਿਬ ਦਾ ਆਪਾਂ ਨੂੰ ਇਹ ਵੀ ਪਤਾ ਕਿ ਸੋਨੀ ਸਾਹਿਬ ਨੇ ਇੱਕ ਚੋਣ ਵੀ ਲੜੀ ਸੀ ਨਵਜੋਤ ਸਿੰਘ ਸਿੱਧੂ ਦੇ ਖਿਲਾਫ, ਬਿਲਕੁਲ, ਭਾਵੇਂ ਨਵਜੋਤ ਸਿੰਘ ਸਿੱਧੂ ਜਿੱਤ ਗਿਆ ਸੀ ਤੇ ਉਦੋਂ ਬਾਅਦ ਸੋਨੀ ਨੇ ਪਟੀਸ਼ਨ ਪਾਤੀ ਸੀ, ਉਹ ਪਟੀਸ਼ਨ ਹਾਈ ਕੋਰਟ ਦੇ ਵਿੱਚ ਚੱਲਦੀ ਸੀ ਤੇ ਚੱਲਦੀ ਪਟੀਸ਼ਨ ਦਾ ਸਮਝੌਤਾ ਅਮਰਿੰਦਰ ਸਿੰਘ ਨੇ ਕਰਾਇਆ ਸੀ, ਕੋਈ ਗੱਲ ਨੀ ਯਾਰ ਤੂੰ ਐਂ ਕਰ ਪਟੀਸ਼ਨ ਆਪਦੀ ਵਾਪਸ ਲੈ ਲਾ। ਉਹਨੇ ਦੀ ਮਿਆਦ ਮੁਕਤਾ ਪੁੱਗ ਚੁੱਕੀ ਹੈ। ਇਸ ਹਿਸਾਬ ਦੇ ਨਾਲ ਫਿਰ ਪੰਜਾਬ ਦੀ ਕਾਂਗਰਸ ਸਰਕਾਰ ਦਾ ਬਣੂਗਾ ਕੀ, ਵੱਡਾ ਸਵਾਲ ਇਹ ਹੈ। ਹੁਣ ਫਿਰ ਕਹਿੰਦੇ ਵੀ ਨਵੀਂ ਪ੍ਰਪੋਜ਼ਲ ਹੋਰ ਚੱਲ ਪਈ ਵੀ ਕੰਪੇਨ ਕਮੇਟੀ ਦਾ ਚੇਅਰਮੈਨ ਲਾ ਦਿਓ, ਜੇ ਉਹਨੂੰ ਕੰਪੇਨ ਕਮੇਟੀ ਦਾ ਚੇਅਰਮੈਨ ਲਾਤਾ ਤਾਂ ਫਿਰ ਸਿੱਧੂ ਕਿਵੇਂ ਬਰਦਾਸ਼ਤ ਕਰੂਗਾ, ਕਿਉਂਕਿ ਫਿਰ ਇਹ ਖਤਰਾ ਪੈਦਾ ਹੋ ਜੂ ਜਿਹੜਾ ਕੰਪੇਨ ਕਮੇਟੀ ਦਾ ਚੇਅਰਮੈਨ ਹੁੰਦਾ ਮੁੱਖ ਮੰਤਰੀ ਕਿਤੇ ਉਹ ਨਾ ਬਣ ਜਾਵੇ।
ਸੋ ਇੱਕ ਟੇਢੀ ਜਿਹੀ ਖੀਰ ਹੋਈ ਪਈ ਹੈ ਜੀ ਕਾਂਗਰਸ ਪਾਰਟੀ ਦੀ, ਇਹ ਹੈ ਕਹਾਣੀ ਸਾਰੀ। ਜੀ 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 ਜੀ, ਇਹ ਤਾਂ ਟੇਢੀ ਖੀਰ ਹੋਈ ਪਈ ਹੈ। ਸੋਸ਼ਲ ਮੀਡੀਆ ਦੇ ਉੱਤੇ ਚਰਚਾ ਹੋ ਰਹੀ ਹੈ, ਮੇਨ ਮੀਡੀਆ ਕੋਈ ਗੱਲ ਨਹੀਂ ਕਰ ਰਿਹਾ। ਜਿਹੜੀ ਅਦਾਨੀ ਦੇ ਬੰਦਰਗਾਹ ਦੇ ਉੱਤੇ ਹੈਰਨ ਫੜੀ ਹੈ ਜੀ, ਇਹ ਕਿੰਨੀ ਕੁ ਫੜੀਗੀ, ਕੀ ਕਹਾਣੀ ਹੈ, ਕੀ ਇਹਦਾ ਅਸਰ ਪੈ ਰਿਹਾ? ਦੇਖੋ 3000 ਕਿਲੋਗ੍ਰਾਮ ਕਹਿੰਦੇ ਫੜੀ ਗਈ ਹੈ। ਬੜੇ ਬੜੇ ਥੋੜੀ ਹੈ, ਜਮਾਂ ਹੀ ਕਹਿੰਦੇ ਜਮਾਂ ਹੀ ਥੋੜੀ ਜਿਹੀ ਹੈ। ਹੁਣ ਤੱਕ ਸਾਰੀ ਦੁਨੀਆਂ ਦੇ ਵਿੱਚ ਫੜੀਆਂ ਗਈਆਂ ਜਿਹੜੀਆਂ ਖੇਪਾਂ ਦੇ ਵਿੱਚੋਂ ਸਭ ਤੋਂ ਵੱਡੀ ਖੇਪ ਇਹ ਹੋਈ। ਵੱਡੀ ਗੱਲ ਇਹ ਹੈ ਕਿ ਇਹ 16 ਸਤੰਬਰ ਨੂੰ ਫੜੀ ਗਈ ਸੀ ਤੇ ਅੱਜ ਤੱਕ ਖਬਰ ਕਿਸੇ ਵੀ ਅਖਬਾਰ ਦੇ ਵਿੱਚ ਨਹੀਂ ਸੀ ਲੱਗੀ। ਜਿਹੜਾ ਮੇਨ ਸਟ੍ਰੀਮ ਦਾ ਅਖਬਾਰ ਕਹਿ ਦਈਏ ਆਪਾਂ, ਉੱਥੇ ਲੋਕਲ ਅਖਬਾਰਾਂ 'ਚ ਲੱਗ ਗਈਆਂ ਸੀ, ਨਾ ਹੀ ਮੇਨ ਜਿਹੜਾ ਹੈਗਾ ਸਟ੍ਰੀਮ ਦਾ ਇਲੈਕਟ੍ਰੋਨਿਕ ਮੀਡੀਆ ਉਹਦੇ ਵਿੱਚ ਲੱਗੀ ਸੀ। ਕਾਰਨ ਕੀ ਹੈ? ਕਾਰਨ ਇਹ ਹੈ ਕਿ ਚਾਹੇ ਵੱਡੇ ਅਖਬਾਰ ਹੋਣ ਚਾਹੇ ਵੱਡੇ ਚੈਨਲ ਹੋਣ, ਉਹਨਾਂ ਤੇ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਹੋ ਗਿਆ ਤੇ ਕਾਰਪੋਰੇਟ ਘਰਾਣਿਆਂ ਦਾ ਜੇ ਸਿਰਕਾ ਦਾ ਆਪਾਂ ਦੇਖੀਏ ਆਗੂ ਕੋਈ ਤਾਂ ਭਾਰਤ ਦੇ ਵਿੱਚ ਉਹ ਅਦਾਨੀ ਹੈ ਤੇ ਅਦਾਨੀ ਦਾ ਆਗੂ ਸਾਡੇ ਪ੍ਰਧਾਨ ਮੰਤਰੀ ਸਾਹਿਬ ਨਰਿੰਦਰ ਮੋਦੀ ਸਾਹਿਬ ਹੈਗੇ। ਠੀਕ ਹੈ, ਇਸ ਕਰਕੇ ਖਬਰ ਪਾਈ ਹੈ, ਲੱਗੇ ਤਾਂ ਲੱਗੇ ਕਿਉਂ? ਇਹ ਤਾਂ ਕੋਈ ਸਿਰਫਿਰਿਆ ਸੀ, ਉਹ ਸਿਰਫਿਰੇ ਨੇ ਚੱਕ ਕੇ ਖਬਰ ਦਾ ਲਾਲਾ ਲਾਲਾ ਕਰਤੀ। ਉਹ ਵੀ ਇਸ ਕਰਕੇ ਕਰਤੀ ਕਿ ਜਿਹੜਾ ਕੋਈ ਈਡੀ ਦਾ ਬੰਦਾ ਸੀ, ਰੈਵਨਿਊ ਇੰਟੈਲੀਜੈਂਸ ਦਾ, ਹਾਂ ਉਹ ਜਿਹੜਾ ਰੈਵਨਿਊ ਇੰਟੈਲੀਜੈਂਸ ਦਾ ਜਿਹੜਾ ਬੰਦਾ ਸੀ ਕੋਈ, ਉਹ ਬੰਦਾ ਵੀ ਸਿਰਫਿਰਿਆ ਸੀ ਜਿਹਨੇ ਜੁਰਤ ਕਰ ਲਈ ਕਿ ਅਦਾਨੀਆਂ ਦੀ ਬੰਦਰਗਾਹ ਜਿਹੜੀ ਮੁਦਰਾ ਬੰਦਰਗਾਹ ਕੱਛ ਦੇ ਵਿੱਚ, ਕੱਛ 'ਚ, ਹਾਂਜੀ ਉਸੇ ਬਹੁਤ ਉਸੇ ਕਰਕੇ ਹੀ ਜਿਹੜਾ ਸੀਗਾ ਨਾ ਬੜਾ ਉਦੋਂ ਪੈਸਾ ਲੱਗਾ ਸੀ, ਨਵਾਂ ਸ਼ਹਿਰ ਵਸਾਇਆ ਗਿਆ ਉੱਥੇ, ਉਹ ਜਿਹੜਾ ਸ਼ਹਿਰ ਵਸਾਇਆ ਗਿਆ ਕਿਉਂਕਿ ਫੜੀ ਉੱਥੇ ਗਈ ਹੈ। ਉਂਝ ਉਹ ਫੜੀ ਗਈ ਹੈ, ਅਦਾਨੀ ਵਾਲਿਆਂ ਦਾ ਬਿਆਨ ਆ ਗਿਆ ਕਹਿੰਦੇ ਜੀ ਸਾਡੀ ਜ਼ਿੰਮੇਵਾਰੀ ਤਾਂ ਇਕੱਲੀ ਆ ਬੰਦਰਗਾਹ ਨੂੰ ਚਲਾਉਣ ਦੀ ਹੈ, ਬਣਾਉਣ ਦੀ ਤੇ ਚਲਾਉਣ ਦੀ ਹੈ, ਬਾਕੀ ਜਿਹੜੀ ਕੋਈ ਚੀਜ਼ ਸਮਾਨ ਬਾਹਰੋਂ ਆਉਂਦਾ ਹੈ ਏਜੰਸੀਆਂ ਹੈਗੀਆਂ ਵੱਖ ਵੱਖ ਏਜੰਸੀਆਂ, ਲੇਕਿਨ ਸਾਡਾ ਤਾਂ ਕੋਈ ਕੰਮ ਨਹੀਂ। ਲੇਕਿਨ ਇਹ ਖੇਪ ਪਹਿਲੀ ਨਹੀਂ, ਇਹ ਤੋਂ ਪਹਿਲਾਂ ਵੀ ਕਹਿੰਦੇ ਕਾਫੀ ਸਾਰੀ ਖੇਪ ਆ ਚੁੱਕੀ ਹੈ। ਔਰ ਇਹ ਵੀ ਪਤਾ ਲੱਗਿਆ ਕਿ ਇਹ ਖੇਪ ਦਾ ਜਿਹੜਾ ਹਿੱਸਾ ਭਾਰਤ ਦੇ ਵਿੱਚ ਨਹੀਂ ਸਗੋਂ ਆਸਟ੍ਰੇਲੀਆ ਨਿਊਜ਼ੀਲੈਂਡ ਵਰਗੇ ਦੇਸ਼ਾਂ ਦੇ ਵਿੱਚ ਵੀ ਜਾਂਦਾ ਹੈ। ਜੀ, ਇਹ ਅਫਗਾਨਿਸਤਾਨ ਦੇ ਵਿੱਚੋਂ ਚੱਲਦੀ ਆ, ਇਰਾਨ ਆਉਂਦੀ ਆ, ਇਰਾਨ ਚੋਂ ਗੁਜਰਾਤ ਤੋਂ ਮੁਦਰਾ ਤੇ ਆਉਂਦੀ ਹੈ ਤੇ ਮੁਦਰਾ ਤੋਂ ਫਿਰ ਕੰਟੇਨਰਾਂ ਦੇ ਵਿੱਚ ਪਾ ਕੇ ਹੋਰ ਹਿਸਾਬ ਚ ਫਿਰ ਦੂਜੇ ਦੇਸ਼ਾਂ ਦੇ ਵਿੱਚ ਭੇਜੀ ਜਾਂਦੀ। ਜੀ, ਜਿਵੇਂ ਕਦੇ ਪਾਕਿਸਤਾਨ ਦੇ ਵਿੱਚ ਵੀ ਸਾਡੇ ਆਉਂਦੀ ਹੁੰਦੀ ਸੀ। ਹੁਣ ਇਹਨਾਂ ਹਾਲਾਤਾਂ ਦੇ ਵਿੱਚ ਜਿਹੜੇ ਲੋਕ ਇਹ ਗੱਲ ਕਹਿੰਦੇ ਆ ਜੀ ਚਲੋ ਅਸੀਂ ਆ ਬੰਦ ਕਰ ਦਿਆਂਗੇ ਗੁਟਕਾ ਸਾਹਿਬ ਵੀ, ਚੱਲ ਸਹੁੰ ਚੁੱਕ ਲਓ, ਜਾਂ ਕਿਵੇਂ ਬੰਦ ਹੋ ਜੂਗੀ? ਜਿੱਥੇ ਜਿੱਥੇ ਜਿਹੜੇ ਜਿਲ੍ਹੇ ਜਿਹੜੇ ਲੋਕ ਸਰਕਾਰਾਂ ਨੂੰ ਡਿਕਟੇਟ ਕਰਦੇ ਆ ਜੀ ਉਹਨਾਂ ਦੀਆਂ ਬੰਦਰਗਾਹਾਂ ਤੇ ਇਹ ਕੁਛ ਹੁੰਦਾ ਹੈ, ਕਿਵੇਂ ਕਰਾਂਗੇ? ਹੁਣ ਇਹਦੀ ਕੀਮਤ ਦੀ ਗੱਲ ਆ ਗਈ, ਇਹਦੀ ਕੀਮਤ ਕਿੰਨੀ? ਕਿਹਾ ਕੋਈ ਤਾਂ ਕਹਿੰਦਾ ਜੀ ਇਹਦੀ 15,000 ਕਰੋੜ ਹੈ, ਕੋਈ ਕਹਿੰਦਾ ਜੀ 9,000 ਕਰੋੜ ਹੈ। ਹੁਣ ਜਿਹੜੀ ਲੇਟੈਸਟ ਜਿਹੜੀ ਇਨਫੋਰਮੇਸ਼ਨ ਆ ਰਹੀ ਹੈ ਉਹ ਕਹਿੰਦੇ ਜੀ ਨਵੇਂ ਜਿਹੜੇ ਹਿਸਾਬ ਕਿਤਾਬ ਲਾ ਕੇ ਵੇਖਿਆ 21,000 ਕਰੋੜ ਦੀ ਬਣ ਗਈ ਹੈ। ਅੱਛਾ ਜੀ, ਇਹ ਹੁਣ ਜਿਹੜੇ ਆਪਾਂ ਇੱਥੇ ਮਾੜੀ ਜੀ ਕਿਸੇ ਕੋਲ ਭੁੱਕੀ ਦੇ 2 ਚਮਚੇ ਫੜੇ ਜਾਣ, ਪੁਲਿਸ ਕੁੱਟ ਕੁੱਟ ਕੇ ਲੈ ਲੈ ਪਾ। ਬਿਲਕੁਲ ਬਿਲਕੁਲ, ਠੀਕ ਹੈ। ਜੇ ਕਿਸੇ ਦੇ ਕੋਲ 2 ਬੋਤਲਾਂ ਦਾਰੂ ਦੀਆਂ ਫੜੀਆਂ ਜਾਣ ਤਾਂ ਉਹਦੇ ਤੇ ਪਰਚਾ ਦੇ ਦਿੰਦੇ। ਆ ਹੁਣ ਤਾਂ ਤੁਸੀਂ ਹੋਰ ਦੇਖੋ ਠੇਕੇਦਾਰਾਂ ਦੀ ਮਦਦ ਕਰਨ ਵਾਸਤੇ ਸਪੈਸ਼ਲ ਸਟਾਫ ਬਣਾਤੇ ਆ, ਸਪੈਸ਼ਲ ਜਿਹੜੇ ਹੈਗੇ ਆ ਉਹਨਾਂ ਨੂੰ ਅਧਿਕਾਰ ਦੇ ਦਿੱਤੇ ਕਿ ਆਪਣੇ ਗੁੱਲੇ ਨਾਲ ਰੱਖੋ, ਡਾਂਗਾ ਨਾਲ ਰੱਖੋ, ਗੱਡੀਆਂ ਦੇ ਉੱਤੇ ਲਿਖੋ ਐਕਸਾਈਜ਼ ਡਿਪਾਰਟਮੈਂਟ, ਜਿਹਨੂੰ ਮਰਜ਼ੀ ਫੜ ਕੇ ਭੰਨ ਦਿਓ, ਕੁੱਟ ਦਿਓ, ਲੱਤ ਤੋੜ ਦਿਓ, ਬਾਂਹ ਤੋੜ ਦਿਓ। ਗੁਨਾਹ ਕੀ ਹੈ ਕਿ ਜੀ ਇਹ ਸ਼ਰਾਬ ਵੇਚ ਲਿਆ ਤੇ ਜਿਹੜਾ ਹੁਣ ਐਡਾ ਐਡਾ ਨਸ਼ਾ ਵੀ ਕੀ ਜਾਂਦਾ ਹੈ? ਇਹਦੇ ਤੇ ਨਾ ਸਰਕਾਰ ਬੋਲੀ, ਅੱਜ ਤੱਕ ਕੇਂਦਰ ਸਰਕਾਰ ਵੀ ਨਹੀਂ ਬੋਲੀ, ਨੈਸ਼ਨਲ ਮੀਡੀਆ ਵੀ ਨਹੀਂ ਬੋਲਿਆ। ਜੀ ਬਿਲਕੁਲ ਜੀ, ਨੈਸ਼ਨਲ ਮੀਡੀਆ ਨੇ ਤਾਂ ਬੋਲਣਾ ਹੀ ਕੀ ਹੈ, ਰੌਲਾ ਤਾਂ ਹੈ ਨਾ ਵੀ ਦੁਕਾਨਦਾਰੀਆਂ, ਖਰਚੇ ਪਾਣੀ ਸਾਰੇ ਬੜਾ ਕੁਛ ਚੱਲਦਾ। ਅੱਛਾ, ਪਰ ਇੱਕ ਚੀਜ਼ ਦੱਸੋ ਵੀ ਹੁਣ ਕੈਪਟਨ ਕਿਹੜੀ ਕੁਰਬਾਨੀ ਦੇਊਗਾ, ਵੀ ਜਿਹੜਾ ਇਹਨੇ ਸਿੱਧੂ ਨੂੰ ਕਹਿੰਦਾ ਮੈਂ ਮੁੱਖ ਮੰਤਰੀ ਨਹੀਂ ਮੰਨਦਾ, ਹੁਣ ਕੁਰਬਾਨੀ ਦੇਣ ਨੂੰ ਕੀ ਰਹਿ ਗਿਆ ਜੀ ਹੋਰ? ਨਹੀਂ, ਕੁਰਬਾਨੀ ਦੇਣ ਨੂੰ ਤਾਂ ਬਹੁਤ ਕੁਛ ਹੈ ਜੀ ਹਾਲੇ। ਅੱਛਾ, ਹੋਇਆ ਕੀ ਹੈ? ਕੁਰਬਾਨੀ ਦੇਣ ਦਾ ਮਤਲਬ ਇਹ ਤਾਂ ਨਹੀਂ ਫਾਹਾ ਲੈ ਲਏ, ਨਹੀਂ ਉਹ ਨਹੀਂ ਕਹਿੰਦਾ ਵੀ ਹੁਣ ਮੁੱਖ ਮੰਤਰੀ ਦੀ ਕੁਰਸੀ ਤਾਂ ਰਹੀ ਨਹੀਂ। ਨਹੀਂ ਨਹੀਂ, ਕੁਰਬਾਨੀ ਦੇਣ ਨੂੰ ਬੜਾ ਕੁਛ ਹੈ ਜੀ, ਕੁਰਬਾਨੀ ਦੇਣ ਨੂੰ ਬਹੁਤ ਕੁਛ ਹੈ ਜੀ, ਤੁਸੀਂ ਸੁਣੋ ਧਿਆਨ ਨਾਲ। ਕੁਰਬਾਨੀ ਦੇਣ ਵਾਲੀ ਗੱਲ ਸਾਡੇ ਪ੍ਰਧਾਨ ਮੰਤਰੀ ਨੇ ਕੀਤੀ ਸੀ। ਅੱਛਾ, ਜਦੋਂ ਨੋਟਬੰਦੀ ਕੀਤੀ ਹੈ ਕਿ ਜੇ 50 ਦਿਨਾਂ ਦੇ ਵਿੱਚ ਹਾਲਾਤ ਨਾਰਮਲ ਨਾ ਹੋਏ ਤਾਂ ਮੈਨੂੰ ਫਾਹਾ ਲਾ ਦਿਓ, ਨਾ ਤਾਂ ਕਿਸੇ ਨੇ ਫਾਹਾ 2019 ਦੇ ਵਿੱਚ ਪ੍ਰਧਾਨ ਮੰਤਰੀ ਨੂੰ ਉਦੋਂ ਵੀ ਵੱਡੇ ਮੋਹਬਤ ਨਾਲ ਜਿਤਾਤਾ। ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ ਕੁਰਸੀ ਤਾਂ ਰਹੀ ਨੀ, ਕੁਰਸੀ ਦੀ ਕੁਰਸੀ ਤੋਂ ਬਾਅਦ ਉਹਦੇ ਕੋਲ ਹੋਰ ਬਹੁਤ ਕੁਛ ਹੈ ਜੀ। ਉਹਦੇ ਕੋਲ ਜਿਹੜਾ ਸਮਾਨ ਹੈਗਾ ਉਹਦੇ ਕੋਲ ਉਹ ਸਮਾਨ ਹੈ ਜਿਹੜਾ ਜਥੇਦਾਰ ਗੁਰਚਰਨ ਸਿੰਘ ਟੌੜਾ ਕੋਲ ਸੀ। ਅੱਛਾ ਜੀ, ਜਥੇਦਾਰ ਗੁਰਚਰਨ ਸਿੰਘ ਟੌੜਾ ਨੂੰ 1999 ਦੇ ਵਿੱਚ ਜਦੋਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਤੋਂ ਲਾਹਤਾ ਸੀ ਤੇ ਉਹਦੇ ਲਾਉਣ ਦਾ ਵੱਡਾ ਕਾਰਨ ਇਹ ਸੀ ਕਿ ਜਥੇਦਾਰ ਗੁਰਚਰਨ ਸਿੰਘ ਟੌੜਾ ਹੋਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਏਕਾ ਅਧਿਕਾਰ ਨੂੰ ਚੁਣੌਤੀ ਦਿੰਦੇ ਸੀ ਜੀ।
ਬਾਦਲ ਸਾਹਿਬ ਇਹਨੂੰ ਪ੍ਰਵਾਨ ਕਰਨ ਨੂੰ ਤਿਆਰ ਨਹੀਂ ਸੀ। ਭਾਈ ਰਣਜੀਤ ਸਿੰਘ ਹੁੰਦੇ ਸੀ ਉਸ ਵੇਲੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਉਹਨਾਂ ਨੇ ਇੱਕ ਹੁਕਮਨਾਮਾ ਜਾਰੀ ਕਰਤਾ ਸੀ ਕਿ ਜਿੰਨੀ ਦੇਰ ਤੱਕ ਤ੍ਰੈ ਸ਼ਤਾਬਦੀ ਦੇ ਇਹ ਸਮਾਗਮ ਸਮਾਪਤ ਨਹੀਂ ਹੁੰਦੇ ਉਨੀ ਦੇਰ ਭਾਈ ਸਾਰੇ ਇਕੱਠੇ ਰਹੋ ਤੇ ਇਕੱਠੇ ਹੋ ਕੇ ਹੀ ਇਹਨੂੰ ਮਨਾਓ। ਇਹ ਗੱਲ ਇਹਨਾਂ ਚੋਂ ਬਰਦਾਸ਼ਤ ਨਾ ਹੋਈ ਤੇ ਬਾਦਲ ਸਾਹਿਬ ਨੇ ਭਾਈ ਰਣਜੀਤ ਸਿੰਘ ਨੂੰ ਵੀ ਲਾਂਭੇ ਕਰਤਾ ਸੀ, ਟੌੜਾ ਸਾਹਿਬ ਨੂੰ ਵੀ ਕੱਢਤਾ ਸੀ ਤੇ ਫਿਰ ਟੌੜਾ ਸਾਹਿਬ ਨੇ ਇੱਕ ਅਕਾਲੀ ਦਲ ਬਣਾ ਲਿਆ ਸੀ ਜਿਹਦਾ ਨਾਂ ਸੀ ਸਰਬ ਹਿੰਦ ਅਕਾਲੀ ਦਲ। ਉਸ ਅਕਾਲੀ ਦਲ ਦੇ ਆਪਣੇ ਸਾਰੇ ਪੰਜਾਬ ਚੋਣਾਂ ਲੜੀਆਂ ਸੀ ਪਰ ਸਾਰੇ ਪੰਜਾਬ ਦੇ ਵਿੱਚੋਂ ਉਹਨਾਂ ਦੇ ਕੋਲੇ ਇੱਕ ਵੀ MLA ਨਹੀਂ ਸੀ ਉਹਨਾਂ ਦੇ ਹੱਥ ਆਇਆ। ਆਪ ਤਾਂ ਉਹ ਨਹੀਂ ਸੀ ਜਿੱਤੇ ਤੇ ਲੇਕਿਨ ਜਿਹੜੀ ਪ੍ਰਕਾਸ਼ ਸਿੰਘ ਬਾਦਲ ਦੀ ਕਾਗ ਜਿਹੜੀ ਆਉਂਦੀ ਸੀ ਉਹ ਕਾਗ ਉਹਨਾਂ ਨੇ ਖਤਮ ਕਰਤੀ ਸੀ ਤੇ 2002 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣ ਗਿਆ ਸੀ ਤੇ ਮੁੱਖ ਮੰਤਰੀ ਬਣ ਕੇ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਕੀ ਸੀ 1997 ਵਾਲਾ ਬਦਲਾ ਲਿਆ ਸੀ। 97 ਵਾਲਾ ਬਦਲਾ ਜੇ ਆਪਾਂ ਦੇਖੀਏ ਤਾਂ ਬਦਲਾ ਕੀ ਸੀ, 97 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਮੰਗਦਾ ਸੀ ਡਕਾਲੇ ਤੋਂ ਚੋਣ ਲੜਨ ਲਈ ਸੀਟ ਟਿਕਟ ਮੰਗਦਾ ਸੀ, ਉਹ ਟਿਕਟ ਜਿਹੜੀ ਹੈਗੀ ਅਮਰਿੰਦਰ ਸਿੰਘ ਨਾ ਪਹੁੰਚੇ ਅਸੈਂਬਲੀ ਦੇ ਵਿੱਚ ਉਹ ਟਿਕਟ ਖਤਮ ਕਰਨ ਵਾਸਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਧਰਮ ਪਤਨੀ ਬੀਬੀ ਸੁਰਿੰਦਰ ਕੌਰ ਬਾਦਲ ਨੂੰ ਭੇਜਿਆ ਸਰਦਾਰ ਨੇ ਟੌੜਾ ਕੋਲ ਵੀ ਤੁਸੀਂ ਜਾਓ ਜਾ ਕੇ ਉਹਨਾਂ ਨੂੰ ਸਮਝਾਓ ਵੀ ਤੁਸੀਂ ਗੱਲ ਸੁਣੋ ਜੀ ਤੁਸੀਂ ਤਾਂ ਬੁੱਢੇ ਹੋ ਗਏ ਇਹ ਜਥੇਦਾਰ ਸਾਹਿਬ ਜਿਹੜੇ ਹੈਗੇ ਇਹ ਤਾਂ ਧਰਮ ਕਰਮ ਵਾਲੇ ਮਾਮਲੇ ਚ ਹੈ ਤੇ ਪੀੜ੍ਹੀ ਨੂੰ ਤੁਸੀਂ ਸਿਆਸਤ ਚੰਗੇ ਕਿਉਂ ਨੀ ਪਾਉਂਦੇ, ਤੁਸੀਂ ਜਿਹੜੇ ਹੈਗੇ ਆਪਣਾ ਜਵਾਈ ਰਾਜਾ ਜਿਹੜਾ ਹੈਗਾ ਇਹਨੂੰ ਚੋਣ ਕਿਉਂ ਨੀ ਲੜਾਉਂਦੇ, ਚੋਣ ਲੜਾਓ। ਅੱਛਾ ਹਰਮੇਲ ਸਿੰਘ ਟੌੜਾ, ਹਾਂ ਹਰਮੇਲ ਸਿੰਘ ਟੌੜਾ, ਟੌੜਾ ਸਾਹਿਬ ਜਿਹੜੇ ਹੈਗੇ ਇਸ ਗੱਲ ਤੋਂ ਬਚਣਾ ਚਾਹੁੰਦੇ ਸੀ ਕਿ ਮੇਰੇ ਤੇ ਪਰਿਵਾਰ ਪ੍ਰਸਤੀ ਦਾ ਇਲਜ਼ਾਮ ਨਾ ਲੱਗੇ ਪਰ ਜਦੋਂ ਸਰਦਾਰਨੀ ਨੇ ਰੌਲਾ ਪਾ ਲਿਆ ਕਿ ਬਾਦਲ ਕੇ ਸਾਰਾ ਕੁਛ ਕਰੀ ਜਾਂਦੇ ਤੇ ਤੂੰ ਆਪਦੇ ਜਵਾਈ ਵਾਸਤੇ ਟਿਕਟ ਕਿਉਂ ਨੀ ਲੈਂਦਾ, ਜਦੋਂ ਅਗਲੇ ਦੇਣ ਨੂੰ ਤਿਆਰ ਆ ਉਹ ਕਹਿੰਦਾ ਭਾਈ ਲੈ ਲੈਨੇ ਆ। ਇਹ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਉਹ ਟਿਕਟ ਜਿਹੜਾ ਦੇਣ ਦਾ ਮਤਲਬ ਕੱਲਾ ਹਰਮੇਲ ਸਿੰਘ ਨੂੰ ਟਿਕਟ ਨਹੀਂ ਦੇਣੀ ਸੀ ਜੀ, ਸਗੋਂ ਹਰਮੇਲ ਸਿੰਘ ਦੇ ਬਹਾਨੇ ਆਦੇਸ਼ ਪ੍ਰਤਾਪ ਸਿੰਘ ਕੈਰੋ ਨੂੰ ਵੀ ਟਿਕਟ ਦੇਣੀ ਸੀ, ਉਹ ਆਪਦੇ ਜਵਾਈ ਨੂੰ ਵੀ ਦੇਣੀ ਸੀ ਕਿਉਂਕਿ ਰੌਲਾ ਪਹਿਲਾਂ ਪਈ ਜਾਂਦਾ ਸੀ ਕਿ ਬਾਦਲ ਸਾਹਿਬ ਮੁੱਖ ਮੰਤਰੀ ਭਤੀਜਾ ਜਿਹੜਾ ਹੈਗਾ ਉਹ ਵੀ MLA ਤੇ ਪੁੱਤ ਜਿਹੜਾ ਹੈਗਾ ਉਹ ਵੀ। ਇਹ ਦੇਸ਼ ਪ੍ਰਤਾਪ ਪਹਿਲਾਂ ਨਹੀਂ ਸੀ ਜੀ MLA ਮਨਪ੍ਰੀਤ ਤੋਂ? ਨਹੀਂ, ਮਨਪ੍ਰੀਤ 95 ਚ ਬਣੇ। ਅੱਛਾ, ਜਿਹੜਾ ਮਨਪ੍ਰੀਤ 95 ਚ ਬਣਿਆ 22 ਇਲੈਕਸ਼ਨ ਚ, 97 ਚ ਆਦੇਸ਼ ਪ੍ਰਤਾਪ ਬਣਦਾ, 97 ਵਾਲੀ ਚੋਣ ਦੀ ਗੱਲ ਕਰਦਾ ਨਾ ਮੈਂ। ਅੱਛਾ, 97 ਵਾਲੀ ਇਹ ਤਾਂ ਆਪਾਂ ਨੂੰ ਪਤਾ 22 ਇਲੈਕਸ਼ਨ ਜਿਹੜੀ ਗਿੱਦੜਵਾਹਾ ਵਾਲੀ ਹੋਈ ਹੈ ਜਦੋਂ ਰਘਵੀਰ ਨੂੰ ਡਿਸਕੁਆਲੀਫਾਈ ਹੋ ਗਿਆ ਸੀ, ਸਜ਼ਾ ਹੋ ਗਈ ਸੀ ਜੀ ਜੀ, ਉਹ 22 ਇਲੈਕਸ਼ਨ ਹੋਈ ਸੀ। ਇਸ ਕਰਕੇ ਉਹ ਜਿਹੜੀ ਹੈਗੀ ਹੈ ਪਹਿਲਾਂ ਸਭ ਤੋਂ ਪਹਿਲਾਂ ਮਨਪ੍ਰੀਤ ਬਣਿਆ ਇਸ ਪਰਿਵਾਰ ਨੂੰ ਤੇ ਉਹ ਬਾਦਲ ਸਾਹਿਬ ਨੂੰ ਕਿਉਂਕਿ ਅਸੀਂ ਮੇਰੇ ਤੇ ਪਰਿਵਾਰ ਪ੍ਰਸਤੀ ਦਾ ਦੋਸ਼ ਲੱਗਦਾ ਤੇ ਟੌੜੇ ਨੂੰ ਵੀ ਨਾਲ ਹੀ ਮਿਲਾ ਲਓ, ਉਹ ਨਾਲ ਮਿਲਾ ਲਿਆ ਸੀ। ਡਕਾਲੇ ਤੋਂ ਜਵਾਬ ਮਿਲ ਗਿਆ ਕੈਪਟਨ ਅਮਰਿੰਦਰ ਸਿੰਘ ਨੂੰ, ਫਿਰ ਕਹਿੰਦਾ ਜੀ ਤੈਨੂੰ ਬਠਿੰਡੇ ਤੋਂ ਦੇ ਦਿੰਦੀ ਆ। ਉਹ ਬਠਿੰਡੇ ਆ ਗਏ ਕੈਪਟਨ ਅਮਰਿੰਦਰ ਸਿੰਘ, ਬਠਿੰਡੇ ਆ ਕੇ ਇਹਨਾਂ ਨੇ ਆਪਦੇ ਕਾਗਜ਼ ਪੱਤਰ ਤਿਆਰ ਕਰਨੇ ਸ਼ੁਰੂ ਕਰ ਦਿੱਤੇ ਤੇ ਫਿਰ ਕਹਿੰਦੇ ਜੀ ਚਰਨਜੀਤ ਲਾਲ ਗਰਗ ਨੂੰ ਮਿਲ ਗਈ। ਉਹ ਜਿਹੜੀ ਹਿਊਮੀਲੇਸ਼ਨ ਹੋਈ ਸੀ ਤੇ ਫਿਰ ਉਹ ਹਿਊਮੀਲੇਸ਼ਨ ਦਾ ਬਦਲਾ ਜਦੋਂ ਜਥੇਦਾਰ ਟੌੜਾ ਨੂੰ ਵੀ ਜੋ ਕੁਛ 97 ਚ ਕੈਪਟਨ ਅਮਰਿੰਦਰ ਸਿੰਘ ਨਾਲ ਹੋਇਆ ਉਹੀ ਕੁਛ 1999 ਚ ਟੌੜਾ ਸਾਹਿਬ ਨਾਲ ਵੀ ਹੋਇਆ ਤੇ ਭਾਈ ਰਣਜੀਤ ਸਿੰਘ ਨਾਲ ਵੀ ਹੋਇਆ। ਉਹਨਾਂ ਨੇ ਫਿਰ ਦੋਨਾਂ ਨੇ ਮਿਲ ਕੇ ਜੀ ਭਾਈ ਰਣਜੀਤ ਸਿੰਘ ਨੇ ਤੇ ਉਹਨੇ ਮਿਲ ਕੇ ਵੀ ਹੁਣ ਆਪਾਂ ਕੀ ਕਰੀਏ, ਉਹ ਕਹਿੰਦੇ ਚਲੋ ਠੀਕ ਹੈ ਜੀ ਤੁਸੀਂ ਦੇਖ ਲਓ। ਟੌੜਾ ਸਾਹਿਬ ਕਹਿੰਦੇ ਫਿਰ ਅਸੀਂ ਚੋਣਾਂ ਲੜਦੇ ਹਾਂ, ਜਿੰਨੀਆਂ ਕੁ ਵੋਟਾਂ ਟੌੜਾ ਸਾਹਿਬ ਨੇ ਲੈ ਲਈਆਂ ਸੀ ਉਹਨਾਂ ਵੋਟਾਂ ਨੇ ਬਾਦਲ ਸਾਹਿਬ ਦੀ ਹਾਰ ਨਿਸ਼ਚਿਤ ਕਰਤੀ ਸੀ, ਉਹ ਹਾਰ ਗਏ। ਕੈਪਟਨ ਬਣ ਗਿਆ ਮੁੱਖ ਮੰਤਰੀ ਤੇ ਕੈਪਟਨ ਨੇ ਮੁੱਖ ਮੰਤਰੀ ਬਣ ਕੇ ਫਿਰ ਜਿਹੜਾ ਸਭ ਤੋਂ ਪਹਿਲੇ ਕੰਮ ਕੀਤੇ ਉਹਨਾਂ ਨੇ ਉਹਨਾਂ ਵਿੱਚ ਬਾਦਲ ਬਾਪ ਬੇਟੇ ਨੂੰ ਅੰਦਰ ਦੇਣਾ ਸੀ ਸੁਣ ਸੋਮਿਆ ਤੋਂ ਬਾਅਦ। ਤੇ ਉਦੋਂ ਇੱਕ ਚੁਟਕਲਾ ਚੱਲਦਾ ਹੁੰਦਾ ਸੀ ਵੀ ਜਦੋਂ ਸਜ਼ਾ ਹੋ ਗਈ, ਸਜ਼ਾ ਹੋਣ ਵੇਲੇ ਟੌੜਾ ਸਾਹਿਬ ਵੀ ਨਾਲ ਹੀ ਚਲੇ ਗਏ ਤੇ ਟੌੜਾ ਸਾਹਿਬ ਜਾ ਕੇ ਉੱਥੇ ਜੇਲ੍ਹ ਤੱਕ ਛੱਡੇ, ਬੈਠ ਕੇ ਗੱਲਾਂ ਬਾਤਾਂ ਕਰਦੇ ਰਹੇ। ਅਗਲੇ ਦਿਨ 9-10 ਵਜੇ ਡਿਊਟੀ 'ਚ ਫੇਰ ਆ ਗਏ, ਕਹਿੰਦੇ ਸੁਖਬੀਰ ਸਿੰਘ ਬਾਦਲ ਪੁੱਛਦਾ ਬਾਦਲ ਸਾਹਿਬ ਨੂੰ ਵੀ ਆਪਣਾ ਪਾਪਾ ਜੀ ਅੰਕਲ ਜੀ ਨਹੀਂ ਆਏ ਅੱਜ, ਉਹ ਕਹਿੰਦਾ ਕਿਹੜੇ ਅੰਕਲ ਜੀ? ਕਹਿੰਦਾ ਟੌੜਾ ਸਾਹਿਬ, ਕਹਿੰਦਾ ਉਹਨਾਂ ਦੀ ਕਿਰਪਾ ਨਾਲ ਤਾਂ ਆਪਾਂ ਬੈਠੇ ਅੰਦਰ, ਜੇ ਉਹਨਾਂ ਦੀ ਕਿਰਪਾ ਕੀਤੀ ਤਾਂ ਆਪਾਂ ਇੱਥੇ ਬੈਠੇ, ਉਹਨਾਂ ਨੇ ਕੀ ਲੈਣਾ ਤਾਂ ਆਪਾਂ ਨੂੰ ਛੱਡਣ ਆਏ ਸੀ, ਛੱਡ ਗਏ ਹੈ। ਫਿਰ ਟੌੜਾ ਸਾਹਿਬ ਨੇ ਨੂੰ ਪਤਾ ਲੱਗ ਗਿਆ ਵੀ ਗੱਲਾਂ ਇਹੋ ਜਿਹੀਆਂ ਹੁੰਦੀਆਂ, ਚੁਟਕਲੇ ਹੈ ਇਹ। ਉਹ ਕਹਿੰਦੇ ਫਿਰ ਉਹਨਾਂ ਨੇ ਮੋਰਚਾ ਲਾਇਆ ਉੱਥੇ ਵੀ, ਨਹੀਂ ਜੀ ਅਸੀਂ ਤਾਂ ਜੋ ਕਰਾਂਗੇ। ਫਿਰ ਕਦੇ ਸੁਸ਼ਮਾ ਸਵਰਾਜ ਆ ਗਈ, ਕਦੇ ਕੋਈ ਆ ਗਿਆ, ਕਦੇ ਕੋਈ ਆ ਗਿਆ, ਉਹ ਮਾੜੀ ਮੋਟੀ ਰਿਲੀਫ ਮਿਲੀ ਸੀ। ਇਸ ਕਰਕੇ ਜਿਹੜੀ ਕੁਰਬਾਨੀ ਟੌੜਾ ਸਾਹਿਬ ਨੇ ਕੀਤੀ ਸੀ ਕੈਪਟਨ ਅਮਰਿੰਦਰ ਸਿੰਘ, ਉਹ ਕੁਰਬਾਨੀ ਦੀ ਗੱਲ ਕਰਦਾ ਹੈ। ਅੱਛਾ, ਮੁੱਖ ਮੰਤਰੀ ਮੈਂ ਨਾ ਬੜਾ ਪਰ ਮੈਂ ਬੰਝ ਕੱਢੂੰਗਾ, ਨਾ ਖੇਡਾਂ ਨਾ ਖੇਡਣ ਦੇਵਾਂਗਾ, ਮੈਂ ਉਹੀ ਕੁਛ ਕਰੂੰ ਜਿਹੜਾ ਮੇਰੇ ਨਾਲ ਕੀਤਾ ਹੈ, ਜਿੰਨਾ ਕਿ ਜਲੀਲ ਮੈਨੂੰ ਕੀਤਾ। ਜੇ ਇਹ ਸੋਚਦਾ ਹੈ ਨਵਜੋਤ ਸਿੰਘ ਸਿੱਧੂ ਕਿ ਮੈਂ ਮੁੱਖ ਮੰਤਰੀ ਬਣ ਜੂ, ਕਹਿੰਦੇ ਮੈਂ ਪੂਰਾ ਮੁਸਤਕਿਲ ਕੈਂਡੀਡੇਟ ਉਤਾਰੂੰਗਾ ਇਹਦੇ ਮੁਕਾਬਲੇ 'ਚ। ਅੱਛਾ ਜੀ,
ਉਹ ਕੈਂਡੀਡੇਟ ਉਤਾਰੂ ਜਿਹੜਾ ਕੈਂਡੀਡੇਟ ਪਾਣੀ ਪਿਆ ਜਿਹਨੂੰ ਜਿੱਤਣ ਨਾ ਦੇਵੇ। ਹੁਣ ਉਹ ਕੈਂਡੀਡੇਟ ਕਿਵੇਂ ਉਤਾਰੂਗਾ, ਕਿਉਂਕਿ ਕਾਂਗਰਸ ਪਾਰਟੀ ਦਾ ਉਹਦਾ ਕੋਈ ਕਬਜ਼ਾ ਨਹੀਂ ਰਿਹਾ, ਉੱਥੇ ਤਾਂ ਸਿੱਧੂ ਦਾ ਕਬਜ਼ਾ ਹੋ ਗਿਆ, ਮੁੱਖ ਮੰਤਰੀ ਵੀ ਉਹਦਾ ਬਣ ਗਿਆ, ਪ੍ਰਧਾਨ ਵੀ ਉਹ ਬਣ ਗਿਆ, ਬਾਕੀ ਨਹਿਰੂ ਗਾਂਧੀ ਖਾਨਦਾਨ ਵੀ ਉਹਦੇ ਨਾਲ ਹੈ। ਉੱਥੋਂ ਤਾਂ ਨਾ ਕਿਸੇ ਨੇ ਕੈਪਟਨ ਦੇ ਕੇ ਤੇ ਟਿਕਟ ਦੇਣੀ ਹੈ ਤੇ ਨਾ ਉਹ ਸ਼ਾਇਦ ਹੁਣ ਮੰਗਣ ਦੀ ਕਪੈਸਿਟੀ ਪੋਜੀਸ਼ਨ ਦੇ ਵਿੱਚ ਵੀ ਨਹੀਂ ਰਿਹਾ। ਉਹ ਅਮਰਿੰਦਰ ਸਿੰਘ ਦਾ ਇਹ ਕਹਿੰਦਾ ਕਿ ਭਾਈ ਮੈਂ ਤਾਂ ਆਪਦੀ ਪਾਰਟੀ ਫਿਰ ਅੱਡ ਬਣਾਊਂਗਾ, ਅੱਡ ਬਣਾ ਕੇ ਮੈਂ ਆਪਦੀ ਪਾਰਟੀ ਤੇ ਖੇਡ, ਮੈਂ ਅਜਿਹੀ ਖੇਡੂਗਾ ਵੀ ਮੇਰਾ ਕੁਛ ਬਣੇ ਨਾ ਬਣੇ ਮੈਂ ਤੁਹਾਨੂੰ ਨੀ ਕਾਸੇ ਜੋਗਾ ਰਹਿਣ ਦਿੰਦਾ। ਆ ਹੈ ਜੀ ਕਹਾਣੀ। ਅੱਛਾ 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 ਠੀਕ ਹੈ ਚਲੋ। ਤੇ ਇਹ ਵੀ ਚਰਚਾ ਅੱਜ ਮੈਂ ਪੜ੍ਹ ਰਿਹਾ ਸੀਗਾ, ਕਹਿੰਦੇ ਜੀ ਵੀ ਚੇਅਰਮੈਨ ਹਟਾ ਦਿੱਤੇ ਜਾਣੇ ਹੈ, ਤੇ ਜਿਹੜੇ ਕਹਿੰਦੇ ਮਿਲਕ ਫੈਡ ਦੇ ਚੇਅਰਮੈਨ ਨੇ ਹੈਂਜੀ ਉਹਨਾਂ ਦਾ ਨਾਮ ਹੈ, ਥੋੜ੍ਹਾ ਜਿਹਾ ਧਿਆਨ 'ਚ ਆ ਜੇ ਮੇਰੇ ਖਿਆਲ ਕੀ ਹੈ ਉਹ ਕਹਿੰਦੇ ਉਹ ਸੁਲਤਾਨਪੁਰ ਲੋਧੀ ਤੋਂ ਕਹਿੰਦੇ ਮੈਂ ਫਿਰ ਕਾਂਗਰਸ ਦੀ ਟਿਕਟ 'ਤੇ ਆਪਣੇ ਅਕਾਲੀ ਦਲ ਦੀ ਟਿਕਟ 'ਤੇ ਹੋ ਜੂਗਾ। ਹਰਿਮੰਦਰ ਸਿੰਘ ਕਹਿੰਦੇ ਉੱਧਰ ਨੂੰ ਹੋਏ ਬੈਠੇ ਨੇ ਉਹ, ਕਹਿੰਦੇ ਬਾਹਲੇ ਤਾਂ ਕਹਿੰਦੇ ਇਸ ਗਲਤੀ ਹੋ ਗਏ ਵੀ ਇੱਧਰ ਨਹੀਂ ਸੀ ਤਾਂ ਫਿਰ ਅਕਾਲੀ ਦਲ 'ਚ ਚੱਲੀ ਗਏ। ਹਰਿਮੰਦਰ ਸਿੰਘ ਕਿਹੜੇ ਭਲਾ? ਇਹ ਮਿਲਕ ਫੈਡ ਦੇ ਚੇਅਰਮੈਨ ਜੀ। ਅੱਛਾ ਅੱਛਾ ਨਾ ਹੋ ਸਕਦਾ, ਨਹੀਂ ਉਹ ਤਾਂ ਹੁੰਦਾ ਨਾ। ਹੁਣ ਤੁਸੀਂ ਦੇਖੋ ਵੀ ਇਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਕੀ ਕੀਤਾ, ਜਿਹੜਾ ਬੱਬੀ ਸੀਗਾ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਕੱਲ ਉਹਨੂੰ ਹਟਾਤਾ, ਉੱਥੇ ਮੱਥਾ ਟੇਕਣ ਗਏ ਸੀਗੇ ਆਪਣੇ ਚੰਨੀ ਸਾਹਿਬ, ਤੇ ਉਹਦੇ ਨਾਲ ਦੀ ਨਾਲ ਚੰਨੀ ਸਾਹਿਬ ਤੋਂ ਮੌਕੇ ਤੇ ਆਰਡਰ ਕਰਵਾਤੇ ਸੀ, ਇਹਨੂੰ ਹਟਾਤਾ। ਬਟਾਲੇ ਜਿਹੜਾ ਲਾਇਆ ਹਟਾ ਕੇ ਪਹਿਲਾਂ ਕੈਪਟਨ ਨੇ ਹਟਾਤਾ ਸੀਗਾ, ਤ੍ਰਿਪਤ ਦਾ ਬਾਜਵੇ ਦਾ ਬੰਦਾ, ਆ ਉੱਥੇ ਦੂਜੇ ਬਾਜਵੇ ਦਾ ਲਾਤਾ ਸੀ ਪ੍ਰਤਾਪ ਬਾਜਵੇ ਦਾ, ਹੁਣ ਚੰਨੀ ਸਾਹਿਬ ਆ ਗਏ ਕਿ ਇਹਨਾਂ ਨੇ ਕਰਤਾ। ਕਿਹਾ ਸੀ ਕਿ ਆਪਣਾ ਮੁੰਡਾ ਬੜਾ ਪੁਰਾਣਾ ਕਾਂਗਰਸੀ ਸੀ ਸੁਖਵੰਤ ਫਾਇਲ ਕਾਲਾ, ਉਹਨੂੰ ਹਾਊਸ ਫੈਡ ਤੋਂ ਦੇ ਚੇਅਰਮੈਨ ਤੋਂ ਹਟਾ ਕੇ ਕਾਂਗੜ ਸਾਹਿਬ ਨੇ ਆਪਦਾ ਕੁੜਮ ਲਾਤਾ ਸੀਗਾ। ਉਹ ਲਾਤਾ ਸੀ ਤੇ ਸੁਖਵੰਤ ਅੱਜ ਮੈਨੂੰ ਮਿਲਿਆ ਸੀਗਾ, ਫਿਰਦਾ ਸੀ ਇੱਥੇ ਉਹ ਸੁਖਵੰਤ, ਮੈਨੂੰ ਲੱਗਦੀ ਮੁੱਛਾਂ ਨੂੰ ਵੱਠ ਫੁੱਟ ਉਹਨੇ ਚੰਗਾ ਚਾਹਣਾ, ਤੁਹਾਡੇ ਬਾਰੇ ਵੀ ਪੁੱਛਦਾ ਸੀ ਕਹਿੰਦਾ ਕੀ ਗੱਲ ਆਏ ਨੀ, ਮੈਨੂੰ ਮਿਲੇ ਸੀ, ਮੈਂ ਕਿਹਾ ਉਹਦਾ ਗੁੜੀਆਂ ਨੂੰ ਚਲਾਉਣ ਵਾਸਤੇ ਗਏ ਇਸ ਕਰਕੇ ਨੀ ਆਏ। ਉਹ ਤਾਂ ਸੋਚਦੇ ਆ ਨਾ ਵੀ ਜਦੋਂ ਪ੍ਰੋਗਰਾਮ ਇਕੱਠੇ ਕਰਦੇ ਨੇ ਚੰਡੀਗੜ੍ਹ ਆਏ ਆ ਤੇ ਕਵਰੇਜ ਕਰਨ ਵਾਸਤੇ ਆਏ ਹੋਣੇ। ਹਾਂ ਉਹ ਅੱਜ ਮਿਲੇ ਸੀ ਸੁਖਵੰਤ ਸਿੰਘ ਹੋਣੀ ਵੀ, ਪਰ ਸੁਖਵੰਤ ਸਿੰਘ ਤਾਂ ਹੁਣ ਚੜ੍ਹਦੀਆਂ ਗੱਲਾਂ 'ਚ, ਉਹ ਤਾਂ ਹੁਣ ਇਸ ਵੇਲੇ ਵਜ਼ੀਰ ਬਣਾਉਣ ਤੇ ਲੱਗਿਆ ਹੋਇਆ। ਅੱਛਾ ਜੀ। ਹਾਂ ਉਹ ਤਾਂ ਉਹਦਾ ਬਹੁਤ ਉੱਚਾ ਹੱਥ ਹੈ ਜੀ, ਡੂੰਘਾ ਹੱਥ ਹੈ। ਨਹੀਂ ਹੱਥ ਤਾਂ ਬਹੁਤ ਡੂੰਘਾ ਜੀ ਉਹਦਾ, ਕਿਉਂਕਿ ਉਹ ਤਿੰਨ ਚਾਰ ਸਟੇਟਾਂ ਦਾ ਆਲਰੇਡੀ ਇੰਚਾਰਜ ਰਹਿ ਚੁੱਕਿਆ ਉਹ ਇੰਚਾਰਜ ਵੀ ਰਹਿ ਚੁੱਕਿਆ, ਯੰਗ ਆ ਮੁੰਡਾ ਜਮਾ, ਬਿਲਕੁਲ ਯੰਗ ਆ, ਐਨਰਜੀ ਵੀ ਹੈਗੀ ਆ ਉਹਦੇ ਵਿੱਚ, ਮੇਰਾ ਖਿਆਲ ਦੀ ਨੇੜਤਾ ਜਾਖੜ ਸਾਹਿਬ ਨਾਲ ਵੀ ਹੈ, ਜਾਖੜ ਸਾਹਿਬ ਨਾਲ ਵੀ ਹੈ, ਰਾਹੁਲ ਗਾਂਧੀ ਨਾਲ ਵੀ ਹੈ। ਹਾਂ ਅੱਜ ਮੈਂ ਦੇਖਿਆ ਸੀ ਪ੍ਰਤਾਪ ਨੇ ਤੁਹਾਡੇ ਜਿਹੜੇ ਪ੍ਰਗਟ ਸਿੰਘ ਹੋਰਾਂ ਦੇ ਨਾਲ ਵੀ ਉਹਨਾਂ ਦਾ ਪੂਰਾ ਜਿਹੜਾ ਸਹਿਚਾਰ ਹੈ ਜੀ, ਉਹ ਵੀ ਤਸਵੀਰਾਂ ਬੋਲਦੀਆਂ ਸੀ। ਇਸ ਕਰਕੇ ਮਤਲਬ ਕਈ ਕੁਛ ਹੋਊਗਾ ਅਜੇ ਤੱਕ ਤਾਂ, ਕਾਂਗੜ ਸਾਹਿਬ ਦਾ ਤਾਂ ਪਤਾ ਨੀ ਅਜੇ ਕੀ ਬਣਦਾ। ਉਹ ਮੈਨੂੰ ਅੱਜ ਕਹਾਇਆ ਸੀ ਟੈਲੀਫੋਨ ਮੁੰਡੇ ਦਾ ਉਹਦਾ ਆਰਐਨਬੀ ਵਾਲੇ ਦਾ, ਉਹ ਕਹਿੰਦਾ ਜੀ ਮੈਂ ਖਬਰ ਜੀ ਲਾਤੀ ਸੀ ਚਲਾਤੀ ਸੀ, ਮੈਨੂੰ ਕਹਿੰਦਾ ਨੋਟਿਸ ਦੇਤਾ ਹੈ। ਹਾਂ 5 ਕਰੋੜ ਰੁਪਏ ਦਾ ਨੋਟਿਸ ਦੇਤਾ, ਕਹਿੰਦਾ ਜੀ ਉਹ ਹੈ ਉਹ ਫਿਰ ਇਹ ਤੁਹਾਨੂੰ ਪਤਾ ਵੀ ਜਦੋਂ ਬਖਲਾਏ ਜੀ ਹੁੰਦੇ ਬੰਦੇ ਉਦੋਂ ਐਂ ਲੱਗਦੇ। ਮੈਂ ਆਹੋ ਮੈਂ ਕਿਹਾ ਕੁਛ ਨਹੀਂ ਹੋਣਾ, ਤੂੰ ਘਬਰਾਉਣਾ, ਕੋਈ ਜਵਾਬ ਦੇਣ ਦੀ ਲੋੜ ਨਹੀਂ। ਨਾ ਨਾ ਦੇ ਦੇ ਕੋਈ ਨਹੀਂ ਜਵਾਬ ਦੇ ਦੇ, ਮੈਂ ਕਿਹਾ ਵੀ ਬਥੇਰਾ ਮਟੀਰੀਅਲ ਪਿਆ ਲੈ ਲਈ ਸਾਡੇ ਕੋਲ ਹੀ ਪਿਆ। ਹਾਂ 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 ਘਬਰਾਉਣਾ, ਜਿੰਨਾ ਕਹੇਗਾ ਉਨਾ ਸਮਾਨ ਦੇ ਦੇਵਾਂਗੇ। ਹਾਂਜੀ ਹਾਂਜੀ। ਤੇ ਬਠਿੰਡੇ ਦੀ ਮੇਅਰ ਬੀਬੀ ਨੇ ਕੀ ਫਰਮਾਨ ਜਾਰੀ ਕੀਤੇ ਨੇ ਜੀ? ਕੁਛ ਤਾਂ ਮੈਨੂੰ ਬੜੇ ਚੰਗੇ ਲੱਗੇ ਵੀ ਚੱਪਲਾਂ 'ਚ ਨਹੀਂ ਆ ਕੇ ਜਾਣਾ ਚਾਹੀਦਾ, ਵੀ ਨਿੱਕਰਾਂ 'ਚ ਨਾ ਆਓ, ਕੈਪਰੀਆਂ 'ਚ ਨਾ ਆਓ, ਹੈ ਤਾਂ ਫਰਮਾਨ ਇਹਨੂੰ ਲੋਕ ਇਹਨੂੰ ਤੁਗਲਕੀ ਫਰਮਾਨ ਕਹਿ ਰਹੇ ਨੇ। ਤੁਗਲਕੀ ਫਰਮਾਨ ਇਹ ਇਸ ਕਰਕੇ ਕਹਿਣਾ ਬਣਦਾ ਜੀ ਵੀ ਕੈਪਰੀ 'ਚ ਆਉਣਾ, ਕੈਪਰੀ 'ਚ ਕੌਣ ਆਉਂਦਾ? ਕੈਪਰੀ 'ਚ ਉਹ ਆਉਂਦਾ ਜਿਹੜਾ ਬੰਦਾ ਮਤਲਬ ਹੈ ਵੀ ਜਿਹਨੇ ਆਪਦਾ ਦਿਖਾਉਣਾ ਹੋਵੇ ਕਿ ਮੇਰੇ ਕੋਲ 4 ਪੈਸੇ ਹੈਗੇ ਆ। ਜਿਹੜਾ ਆਮ ਸਧਾਰਨ ਬੰਦਾ ਹੈ, ਜਿਹੜਾ ਸਧਾਰਨ ਬੰਦਾ ਮਜ਼ਦੂਰੀ ਕਰਨ ਵਾਲਾ, ਉਹ ਜਾਂ ਤਾਂ ਆਊਗਾ ਜੀ ਧੋਤੀ 'ਚ, ਜਾਂ ਉਹਦੇ ਪਾਇਆ ਹੋਊਗਾ ਪਜਾਮਾ। ਬੂਟ ਜਿਹੜੇ ਹੈਗੇ ਆ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਆਪਾਂ ਦੇਖੀਏ 33% ਦੀ ਆਬਾਦੀ ਗਰੀਬੀ ਰੇਖਾ ਤੋਂ ਥੱਲੇ ਰਹਿੰਦੀ ਹੈ ਜੀ, ਉਹਨਾਂ ਨੂੰ ਤਾਂ ਵਿਚਾਰਿਆਂ ਨੂੰ ਜੁੱਤੀ ਨਸੀਬ ਹੀ ਨਹੀਂ ਹੁੰਦੀ। ਮੋਰ ਓਵਰ ਜਿਹੜੀ ਇਹਦੀ ਵੱਡੀ ਗੱਲ ਹੈ ਕਿ ਬਠਿੰਡੇ ਦੀ ਕਾਰਪੋਰੇਸ਼ਨ ਦੇ ਵਿੱਚ ਕਿੰਨੇ ਬੰਦੇ ਕੰਮ ਕਰਦੇ ਆ ਜਿਹੜੇ ਸਵੀਪਰ ਹੈ, ਕਿੰਨੇ ਬੰਦੇ ਕੰਮ ਕਰਦੇ ਆ ਜਿਹੜੇ ਤੁਹਾਡੇ ਵਿੱਚ ਸੀਵਰ ਬੋਰਡ ਦੇ ਵਿੱਚ ਕੰਮ ਕਰਦੇ ਆ, ਇਹਨਾਂ ਨੂੰ ਵਰਦੀਆਂ ਦੇ ਵਿੱਚ ਜਿਹੜੇ ਹੈਗੇ ਜੁੱਤੇ ਨਹੀਂ ਮਿਲਦੇ, ਇਹਨਾਂ ਨੂੰ ਵਰਦੀਆਂ ਚੱਪਲਾਂ ਮਿਲਦੀਆਂ ਜੀ। ਤੇ ਜੇ ਹੁਣ ਚੱਪਲਾਂ ਵਾਲੇ ਬੰਦੇ ਤੇ ਤੁਸੀਂ ਪਾਬੰਦੀ ਲਾ ਦਿਓਗੇ ਵੀ ਭਾਈ ਤੁਸੀਂ ਇੱਥੇ ਆਉਣਾ ਹੀ ਨਹੀਂ, ਫਿਰ ਬਣੂਗਾ ਕੀ? ਕਿਉਂਕਿ ਗਰੀਬ ਗੁਰਬੇ ਦੇ ਕੋਲੇ ਜਿਹਦੇ ਕੋਲੇ ਕੁਛ ਪਹਿਨਣ ਨੂੰ ਹੈ ਨੀ, ਉਹਦੇ ਕੋਲੇ ਜਿਹੜੀ ਮਾੜੀ ਤੋਂ ਮਾੜੀ ਚੀਜ਼ ਆ, ਅਸੀਂ ਤਾਂ ਇਹ ਵੀ ਦੇਖਿਆ ਕਿ ਲੋਕ ਪਿੰਡਾਂ ਦੇ ਵਿੱਚ ਗਰੀਬੀ ਵੇਲੇ ਲੋਕਾਂ ਨੇ ਪਿੰਡਾਂ ਦੇ ਉੱਤੇ ਪੱਤੇ ਵੀ ਲਪੇਟੇ ਹੁੰਦੇ ਸੀ ਤੇ ਬੋਰੀਆਂ ਵੀ ਲਪੇਟੀਆਂ। ਬਿਲਕੁਲ ਬਿਲਕੁਲ ਬਿਲਕੁਲ। ਹੁਣ ਮੇਅਰ ਬੀਬੀ ਦਾ ਜਿਹੜਾ ਘਰ ਵਾਲਾ, ਉਹ ਭਾਈ ਦਾਰੂ ਦਾ ਕਾਰੋਬਾਰ ਕਰਨ ਵਾਲਾ ਬੰਦਾ, ਸ਼ਰਾਬ ਦਾ ਕਾਰੋਬਾਰ ਕਰਨ ਵਾਲਾ, ਡਾਢਿਆਂ ਨਾਲ ਉਹਦੇ ਹੱਥ ਜੁੜਦੇ ਆ, ਉਹ ਤਾਂ ਭਾਵੇਂ ਹੈਲੀਕਾਪਟਰਾਂ ਤੇ ਜਾਣ, ਕੱਲ ਨੂੰ ਫਿਰ ਬੀਬੀ ਇਹ ਵੀ ਕਰ ਸਕਦੀ ਵੀ ਭਾਈ ਆ ਖੜਕਾ ਹੁੰਦਾ ਇੱਥੇ, ਜਿਹੜੀਆਂ ਮੋਟਰਸਾਈਕਲ ਤੇ ਸਕੂਟਰ ਨਹੀਂ ਚੱਲਦੇ ਚਾਹੀਦੇ ਜੀ ਜੀ। ਤੁਗਲਕੀ ਫਰਮਾਨ ਇਹਨੂੰ ਇਸ ਕਰਕੇ ਕਿਹਾ ਜਾ ਸਕਦਾ ਕਿ ਦਫ਼ਤਰਾਂ ਦੇ ਵਿੱਚ ਤੁਸੀਂ ਜਿਹੜੀ ਹੈਗੀ ਹੈ
ਤੜਕ ਭੜਕ ਨਾ ਲੈ ਕੇ ਆਓ, ਇਹੋ ਜਿਹਾ ਕਰ ਲੈਣ ਕੁਛ, ਪਰ ਗਰੀਬਾਂ ਦੀ ਗਰੀਬੀ ਦਾ ਮਜ਼ਾਕ ਨਾ ਉਡਾਓ। ਬਿਲਕੁਲ ਬਿਲਕੁਲ, ਵੀ ਤੁਸੀਂ ਇੱਥੇ ਆਓ ਨਾ ਦਫ਼ਤਰਾਂ ਦੇ ਵਿੱਚ, ਤੇ ਫਿਰ ਕੱਲ ਨੂੰ ਲੋਕ ਉਹਨਾਂ ਨੇ ਕੂੜਾ ਨੀ ਚੱਕਣਾ, ਉਹ ਕਹਿਣਗੇ ਜੀ ਬੀਬੀ ਜੀ ਨੇ ਕਿਹਾ ਸੀ ਦਫ਼ਤਰ ਤੇ ਜਾਣਾ ਨੀ, ਉੱਥੇ ਤਨਖਾਹ ਕਿਵੇਂ ਲਵਾਂਗੇ? ਤਨਖਾਹ ਤਾਂ ਤਨਖਾਹ ਵਾਲਾ ਅੰਗੂਠਾ ਤਾਂ ਉਹਨੂੰ ਦਫ਼ਤਰ ਜਾ ਕੇ ਲਾਉਣਾ ਪਊਗਾ ਨਾ। ਜੀ ਜੀ ਹਾਂਜੀ, ਇਸ ਕਰਕੇ ਉਹਦੀ ਨੁਕਤਾਚੀਨੀ ਬੀਬੀ ਦੀ ਹੋ ਰਹੀ ਹੈ, ਔਰ ਤੁਗਲਕ ਦੀ ਫਰਮਾਨਤਾ ਹੈ ਜੀ। ਜੀ ਜੀ ਜੀ, ਤੇ ਬਾਕੀ ਮੌਸਮ ਦੀ ਕੀ ਸਥਿਤੀ ਹੈ ਜੀ? ਬਾਹਲਾ ਮੌਸਮ ਨੁਕਸਾਨ ਬੜਾ ਕਰੀ ਜਾ ਰਿਹਾ ਜੀ। ਗੁਜਰਾਤ ਤੋਂ ਖਬਰਾਂ ਆ ਰਹੀਆਂ, ਨਰਮਾ ਜੜੋਂ ਪੱਟਤਾ, ਇੱਧਰ ਗੁਲਾਬੀ ਸੁੰਡੀ ਪੈ ਗਈ, ਵਾਹੀ ਜਾਂਦੇ ਨੇ, ਬੁਰਾ ਹਾਲ ਹੋਇਆ ਪਿਆ ਜੀ। ਮੀਂਹ ਰੁਕਣ ਦਾ ਨਾਂ, ਹੁਣ ਤਾਂ ਮੀਂਹ ਦਾ ਨੁਕਸਾਨ ਹੀ ਕਰ ਰਿਹਾ ਜੀ। ਬਿਲਕੁਲ ਜੀ, ਇਹਦਾ ਕਾਰਨ ਵੱਡਾ ਇਹ ਹੈ ਦਾਨੀ ਸਾਹਿਬ ਜੀ, ਆਪਾਂ ਦੇਖੀਏ ਤਾਂ ਅਸਲ ਦੇ ਵਿੱਚ ਰੁੱਤਾਂ ਤਬਦੀਲ ਹੋ ਰਹੀਆਂ, ਮੌਸਮ ਚੇਂਜ ਹੋ ਰਿਹਾ। ਹਰ ਜਿਹੜਾ ਹੈਗਾ ਮੌਸਮ 15-15-20-20 ਦਿਨ ਜਿਹੜਾ ਹੈਗਾ ਉਹ ਪਿਛਾਂਹ ਨੂੰ ਚਲਾ ਗਿਆ ਜੀ। ਅੱਗੇ ਸੌਣ ਭਾਦੋਂ ਚ ਹੁੰਦੇ ਸੀ ਤੇ ਹੁਣ ਅੱਸੂ ਚ ਮੀਂਹ ਪੈਣ ਲੱਗ ਗਏ। ਇਵੇਂ ਜਿਵੇਂ ਜੇ ਆਪਾਂ ਦੇਖੀਏ, ਗਰਮੀ ਹੈ ਜਿਹੜੀ ਲੇਟ ਸ਼ੁਰੂ ਹੁੰਦੀ ਹੈ ਤੇ ਲੇਟ ਤੱਕ ਪੈਂਦੀ ਹੈ, ਸਰਦੀ ਲੇਟ ਸ਼ੁਰੂ ਹੁੰਦੀ ਹੈ ਤੇ ਲੇਟ ਤੱਕ ਪੈਂਦੀ ਹੈ ਜੀ। ਇਹ ਮੀਂਹ ਦੇ ਮੇਰਾ ਖਿਆਲ ਆ ਵੀ ਜਿਹੜਾ ਮਨੁੱਖ ਨੇ ਛੇੜਛਾੜ ਕੀਤੀ ਹੈ ਨਾ ਕੁਦਰਤ ਨਾਲ ਜੀ, ਉਹ ਕੁਦਰਤ ਨਾਲ ਛੇੜਛਾੜ ਕਰਨ ਦਾ ਨਤੀਜਾ ਮੇਰਾ ਖਿਆਲ ਪੰਜਾਬ ਦਾ ਕੋਈ ਹਿੱਸਾ ਨਹੀਂ ਰਿਹਾ ਹੋਣਾ ਜਿੱਥੇ ਅੱਜ ਪੂਰਾ ਬਾਰਿਸ਼ ਮੀਂਹ ਨਾ ਪਿਆ। ਕੱਲ ਵੀ ਬਹੁਤ ਪਿਆ ਜੀ, ਪਰਸੋਂ ਵੀ ਬੜਾ ਪਿਆ, 3 ਦਿਨ ਹੋ ਗਏ ਲਗਾਤਾਰ। ਹਾਂਜੀ 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 ਹਾਂਜੀ, ਚਲੋ ਰੱਬ ਮਿਹਰ ਕਰੇ ਜੀ। ਤੇ ਬਾਕੀ ਹੋਰ ਕੋਈ ਸਿਆਸੀ ਗਤੀਵਿਧੀਆਂ ਕੀ ਚੱਲ ਰਹੀਆਂ ਨੇ ਹੁਣ? ਕੋਈ ਕਦੋਂ ਤੱਕ ਜਿਹੜੇ ਮੰਤਰੀ ਆ ਉਹਨਾਂ ਨੂੰ ਕਦੋਂ ਤੱਕ ਮਿਲ ਜੂਗਾ ਕੋਈ ਮੰਤਰੀ ਮੰਡਲ ਵਿਸਥਾਰ ਵਗੈਰਾ? ਦੇਖੋ ਗੱਲ ਇਹ ਹੈ ਜੀ, ਉੱਠਦਾ ਬੋਲ ਡਿੱਗੂ ਕਿ ਨਹੀਂ ਡਿੱਗੂਗਾ, ਬੰਦੇ ਮਤਲਬ ਜਿਹੜੇ ਹੈਗੇ ਬਾਹਲੇ ਹੈ, ਕਾਂਗਰਸ ਪਾਰਟੀ ਚ ਬਦਕਿਸਮਤੀ ਨਾਲ ਐਤਕੀ ਬੰਦੇ ਹੋ ਗਏ, ਜਿੱਤ ਕੇ ਜਾਵਾ। ਅੱਛਾ ਜੀ, ਤੇ ਉਹ ਫਿਰ ਸਾਰੇ ਕਹਿੰਦੇ ਅਗਲਾ ਕਹਿੰਦਾ ਮੈਨੂੰ ਵੀ ਐਡਜਸਟ ਕਰੋ, ਵੀ ਮੈਨੂੰ ਐਡਜਸਟ ਕਰੋ, ਪੰਗਾ ਤਾਂ ਲੈ ਲਿਆ। ਉਹਨਾਂ ਨੂੰ ਸਮੇਟਣ ਕਿਵੇਂ? ਅੱਜ ਹੁਣ ਕਹਿੰਦੇ ਵੀ ਆਪਣੇ ਚੰਨੀ ਸਾਹਿਬ ਨੂੰ ਸੱਦ ਲੈ ਦਿੱਲੀ, ਵੀ ਤੂੰ ਵੀ ਆ ਜਾ ਜੀ। ਉਹ ਵੀ ਗਿਆ, ਮਗਰ ਫਿਰ ਜਿਹਨਾਂ ਨੇ ਬਣਨਾ ਉਹ ਵੀ ਤੁਰ ਪਏ ਹੈ ਜੀ ਜੀ, ਤੇ ਪਤਾ ਤਾਂ ਹੁਣੇ ਲੱਗੂਗਾ ਜੀ ਜੀ, ਰਾਤ ਤੱਕ ਜਾਂ ਕੱਲ ਤੱਕ ਜੀ। ਸਿਲਸਿਲਾ ਸ਼ੁਰੂ ਕਰਾਂਗੇ, ਪਰ ਇਸ ਤੋਂ ਪਹਿਲਾਂ ਮੇਰੀ ਗੁਜ਼ਾਰਿਸ਼ ਹੈ ਜੀ ਕਿ ਰੇਡੀਓ ਪੰਜਾਬ ਟੂਡੇ ਨੂੰ ਬਹੁਤ ਸਹਿਯੋਗ ਸੱਜਣ ਮਿੱਤਰ ਦੇ ਰਹੇ ਨੇ, ਪਰ ਫਿਰ ਵੀ ਗੁਜ਼ਾਰਿਸ਼ ਹੈ ਕਿ ਜਿਵੇਂ ਤੁਹਾਨੂੰ ਪਤਾ ਕਿ ਫੰਡਸ ਦੀ ਹਮੇਸ਼ਾ ਹੀ ਜ਼ਰੂਰਤ ਰਹਿੰਦੀ ਹੈ, ਅਤੇ ਮੈਂ ਚਾਹਾਂਗਾ ਕਿ ਮੇਰੇ ਵੀਰ ਜਿਹੜੇ ਐਡਵਰਟੀਜ਼ਮੈਂਟ ਦੇਣਾ ਚਾਹੁੰਦੇ ਨੇ ਜ਼ਰੂਰ ਸੰਪਰਕ ਕਰਨ, ਖਾਸ ਕਰਕੇ ਜਿਹੜੇ ਟਰੈਕਿੰਗ ਨਾਲ ਰਿਲੇਟਡ ਵੀਰ ਨੇ, ਕਿਉਂਕਿ ਸਭ ਤੋਂ ਵੱਧ ਰੇਡੀਓ ਪੰਜਾਬ ਟੂਡੇ ਨੂੰ ਟੋਪ ਮੋਸਟ 'ਤੇ ਟਰੱਕਰ ਵੀਰ ਜਿਹੜੇ ਨੇ ਉਹ ਸੁਣਦੇ ਨੇ, ਖਾਸ ਕਰਕੇ ਟਰੱਕਰ ਵੀਰ, ਕੈਬਸ ਵਾਲੇ ਅਤੇ ਹੋਰ ਜਿਹੜੇ ਮੂਵਮੈਂਟ ਦੇ ਵਿੱਚ ਬਾਹਰ ਰਹਿੰਦੇ ਨੇ, ਬਜ਼ੁਰਗ ਵੀ ਤਾਂ ਸੁਣਦੇ ਹੀ ਸੁਣਦੇ ਨੇ, ਪਰ ਇੰਡਸਟਰੀ ਜਿਹੜੀ ਹੈ ਅਸੀਂ ਖਾਸ ਇਹਦੇ ਲਈ ਹੈ, ਇਮੀਗ੍ਰੇਸ਼ਨ ਹੋ ਗਈ, ਹੋਰ ਹੋ ਗਿਆ, ਸੋ ਕੋਈ ਵੀਰ ਟਿਕਟਿੰਗ ਨਾਲ ਜੁੜਿਆ, ਇਮੀਗ੍ਰੇਸ਼ਨ ਨਾਲ ਜੁੜਿਆ, ਇੰਸ਼ੋਰੈਂਸ ਨਾਲ ਜੁੜਿਆ, ਟਰੈਕਿੰਗ ਇੰਡਸਟਰੀ ਨਾਲ ਜੁੜਿਆ, ਸੋ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਤੁਸੀਂ ਰੇਡੀਓ ਪੰਜਾਬ ਟੂਡੇ ਨੂੰ ਜ਼ਰੂਰ ਐਡ ਦਿਓ। ਇਸ ਦੇ ਲਈ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ, 9+91 ਬਾਹਰਲਾ ਕੋਡ ਹੈ 9780141741 9780141741 ਦੇ ਉੱਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਬਾਕੀ ਜੇਕਰ ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਬੈਠੇ ਹੋ ਅਤੇ ਸਾਡੇ ਨਾਲ ਬਤੌਰ ਹੋਸਟ ਜੁੜਨਾ ਚਾਹੁੰਦੇ ਹੋ ਤਾਂ ਤੁਹਾਨੂੰ ਉੱਥੇ ਸਟੂਡੀਓ ਜਿਹੜਾ ਤੁਸੀਂ ਸਥਾਪਿਤ ਕਰਕੇ ਆਪਣਾ ਪ੍ਰੋਗਰਾਮ ਕਰ ਸਕਦੇ ਹੋ, ਸੋ ਬਹੁਤ ਤੁਹਾਡੀ ਮਿਹਰਬਾਨੀ ਹੋਏਗੀ। ਸੋ ਫਿਲਹਾਲ ਇੱਕ ਬ੍ਰੇਕ।